ਨਿਰਗੁਣ ਸਾਗੁਣ ਤੇਰੇ, ਨਿਰਗੁਣ ਸਾਗੁਣ ਤੇਰੇ, ਨਿਰਗੁਣ ਸਾਗੁਣ ਤੇਰੇ, ਮੋਹਿ ਨਿਰਗੁਣ ਸਾਗੁਣ ਤੇਰੇ, ਮੇਰੇ ਜੀ ਹੋਏ ਨਿਰਗੁਣ ਸਾਗੁਣ ਤੇਰੇ, ਦਾਸ ਦਾ ਪ੍ਰਭ ਮੇਰੇ ਨਿਰਗੁਣ ਸਾਗੁਣ ਤੇਰੇ, ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਜੀ ਕੁਛ ਸਮੇਂ ਤੋਂ ਸ਼ਹਿਨਸ਼ਾਹ ਸਤਿਗੁਰੂ ਚਬਰ ਤਖਤ ਛਤਰ ਦੇ ਮਾਲਕ ਗੁਰਤਾ ਗੱਦੀ ਵਿਰਾਜਮਾਨ ਦੋ ਜਹਾਨ ਵਾਲੀ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਕਿਰਪਾ ਦੇ ਸਾਗਰ ਦਇਆ ਦੇ ਸਮੁੰਦਰ ਸ਼ਾਂਤੀ ਦੇ ਪ੍ਰਤੀਕ ਸਤਿਗੁਰੂ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਜਗ ਪੈ ਰਾਮੰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਗੁਰਮੁਖਾਂ ਪਾਸੋਂ ਗੁਰਬਾਣੀ ਦਾ ਕੀਰਤਨ ਔਰ ਵਿਚਾਰ ਸਰਵਣ ਕਰ ਰਹੇ ਸੀ। ਥੋੜਾ ਜਿਹਾ ਸਮਾਂ ਹੋਰ ਹੈ, ਆਪਣੀ ਮਨ ਬਿਰਤੀ ਨੂੰ ਬਾਹਰੋਂ ਰੋਕ ਕੇ ਗੁਰੂ ਦੇ ਚਰਨਾਂ ਨਾਲ ਗੁਰੂ ਸ਼ਬਦ ਨਾਲ ਜੋੜਨ ਦੀ ਕੋਸ਼ਿਸ਼ ਕਰੀਏ।
ਘਰ ਛੱਡ ਕੇ ਆਏ ਹਾਂ, ਕੰਮ ਕਾਰ ਵੀ ਛੱਡੇ ਨੇ। ਇੱਥੇ ਆ ਕੇ ਵੀ ਇੱਧਰ ਉੱਧਰ ਫਿਰਦੇ ਰਹੇ ਜਾਂ ਗੱਲਾਂ ਮਾਰਦੇ ਰਹੇ। ਗੁਰੂ ਦੀ ਸੰਗਤ ਨਾ ਕੀਤੀ, ਸੇਵਾ ਨਾ ਕੀਤੀ, ਫਿਰ ਸੰਗਤ ਵਿੱਚ ਆਉਣਾ ਨਿਸ਼ਫਲ ਹੈ। ਜਿਸ ਕਾਰਜ ਵਿੱਚ ਵਾਸਤੇ ਆਪਾਂ ਆਏ ਹਾਂ, ਉਹ ਕਾਰਜ ਪੂਰਾ ਤਾਂ ਹੋਣਾ ਹੈ ਜਦੋਂ ਅਸੀਂ ਮਨ ਦੀ ਇਕਾਗਰਤਾ ਨਾਲ ਬਾਣੀ ਨੂੰ ਸਰਵਣ ਕਰਾਂਗੇ। ਜੇ ਸਰੀਰ ਇੱਥੇ ਹੈ, ਮਨ ਕਿਤੇ ਹੋਰ ਹੈ, ਆ ਜਿਹੜੇ ਰੌਲਾ ਪਾਉਂਦੇ ਨੇ ਇਹਨਾਂ ਨੂੰ ਕਹੋ ਵੀ ਜਾਂ ਤਾਂ ਲੰਗਰ ਥੋੜਾ ਚਿਰ ਬੰਦ ਕਰ ਦਿਓ ਜਾਂ ਫਿਰ ਚੁੱਪ ਕਰਕੇ ਵਰਤਾਈ ਦਿਓ। ਤੁਹਾਡੀ ਸਾਰੀ ਆਵਾਜ਼ ਇੱਥੇ ਅੰਦਰ ਆਉਂਦੀ ਹੈ। ਕਰੋ ਸੇਵਾ ਜ਼ਰੂਰ, ਪਰ ਸੇਵਾ ਚੁੱਪ ਕਰਕੇ ਕਰੀ ਜਾਓ। ਜਿਹੜੀ ਸੰਗਤ ਸਤਿਗੁਰੂ ਦੀ ਹਜ਼ੂਰੀ 'ਚ ਬੈਠੀ ਹੈ, ਸੁਣਨ ਵਾਸਤੇ ਆਈ ਹੈ, ਜੇ ਬਾਹਰੋਂ ਕੋਈ ਆਵਾਜ਼ ਆਉਂਦੀ ਹੋਵੇ ਫਿਰ ਮਨ ਟਿਕਦਾ ਨਹੀਂ ਹੈ। ਮਸਾਂ ਯਤਨ ਕਰਕੇ ਮਨ ਦੀ ਇਕਾਗਰਤਾ ਬਣਦੀ ਹੈ। ਇਹ ਤਾਂ ਇੰਨਾ ਸੂਖਮ ਹੁੰਦਾ ਹੈ, ਜੇ ਪਾਣੀ ਪੂਰੀ ਤਰ੍ਹਾਂ ਟਿਕਿਆ ਹੋਵੇ ਨਾ, ਇੱਕ ਛੋਟੀ ਜਿਹੀ ਡਲੀ ਵਿੱਚ ਸਿੱਟਦੀ ਹੈ ਤੇ ਉਹ ਸਾਰਾ ਪਾਣੀ ਹਿੱਲ ਜਾਂਦਾ। ਇਸੇ ਤਰ੍ਹਾਂ ਜਿਹੜਾ ਮਨ ਹੈ ਬੜਾ ਸੂਖਮ ਹੈ, ਛੇਤੀ ਟਿਕਦਾ ਨਹੀਂ। ਜਦੋਂ ਟਿਕਣ ਲੱਗਦਾ, ਜੇ ਆਵਾਜ਼ ਆ ਜਾਏ ਆਲੇ ਦੁਆਲੇ, ਫਿਰ ਖਿੰਡ ਜਾਂਦਾ, ਫਿਰ ਛੇਤੀ ਛੇਤੀ ਇਹ ਟਿਕਣ ਦਾ ਨਾਮ ਨਹੀਂ ਲੈਂਦਾ। ਇਸ ਕਰਕੇ ਸੁਣਾਉਣਾ ਆਪਾਂ ਸਾਰਾ ਕੁਛ ਮਨ ਨੂੰ ਹੀ ਹੈ। ਸਰੀਰ ਦਾ ਇੱਕ ਕਾਰਨ ਹੈ ਸਾਡਾ, ਜਿਹੜਾ ਸਾਨੂੰ ਇੱਥੋਂ ਤੱਕ ਲੈ ਕੇ ਆਇਆ। ਜਿਵੇਂ ਗੱਡੀ ਕਾਰਨ ਹੈ, ਉਹਦਾ ਹੋਰ ਮਤਲਬ ਨਹੀਂ। ਜਿਸ ਮੰਜ਼ਿਲ ਤੇ ਪਹੁੰਚਣਾ ਗੱਡੀ ਪਹੁੰਚਾ ਦਿੰਦੀ ਹੈ, ਪਰ ਉੱਥੇ ਜਾ ਕੇ ਜਿਹੜਾ ਕੰਮ ਕਰਨਾ ਹੈ ਉਹ ਸਾਡੇ ਮਨ ਨੇ ਕਰਨਾ। ਸਰੀਰ ਇੱਕ ਕਾਰਨ ਹੈ, ਕਾਰਜ ਸਾਡਾ ਮਨ ਨੇ ਕਰਨਾ। ਜਿੰਨਾ ਵੀ ਗਿਆਨ ਹੈ ਸੱਚੇ ਪਾਤਸ਼ਾਹ ਦਾ, ਇਹ ਸਾਰਾ ਮਨ ਪ੍ਰਤੀ। ਕਿਤੇ ਵੀ ਸਰੀਰ ਬਾਰੇ ਗੱਲ ਨਹੀਂ ਕੀਤੀ, ਮਨ ਨੂੰ ਸਮਝਾਉਣ ਦੀ ਗੱਲ ਕੀਤੀ। ਮਨ ਸਮਝਾਵਣ ਕਾਰਨ ਕਸ਼ਕ ਪੜ੍ਹੀ ਹੈ ਗਿਆਨ, ਇਹਨੂੰ ਸਮਝਾਉਣ ਵਾਸਤੇ ਗੁਰੂ ਦੀ ਮਤ ਧਾਰਨ ਕਰਨੀ ਪੈਣੀ। ਜਿੱਦਣ ਆਪਣੀ ਮਤ ਛੱਡ ਦੇਗਾ, ਗੁਰੂ ਦੀ ਮਤ ਧਾਰਨ ਕਰ ਲਏਗਾ, ਉਸ ਮਤ ਤੇ ਚੱਲ ਕੇ ਫਿਰ ਇਹਦਾ ਮਨੁੱਖਾ ਜਨਮ ਸਫਲਾ ਹੋ ਜਾਏਗਾ। ਗੁਰ ਕੀ ਮਤ ਤੂੰ ਲੇ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇੱਥੇ ਬੜੇ ਬੜੇ ਹੰਕਾਰੀ ਹੋਏ,
ਜਿਹੜੇ ਮਨ ਦੇ ਮਤੇ ਅਨੁਸਾਰ ਚੱਲਦੇ ਰਹੇ। ਹੰਕਾਰ ਵਿੱਚ ਇਹੋ ਜਿਹੇ ਯਤਨ, ਇਹੋ ਜਿਹੇ ਕੰਮ ਕਰ ਬੈਠੇ, ਅੱਜ ਦੁਨੀਆਂ ਤੇ ਉਹਨਾਂ ਦਾ ਨਾਮ ਨਹੀਂ ਹੈ। ਤੇ ਜਿਹੜੇ ਗੁਰਮਤ ਤੇ ਚੱਲੇ, ਗੁਰੂ ਦੀ ਮਤ ਤੇ ਚੱਲੇ, ਉਹਨਾਂ ਦੀਆਂ ਯਾਦਾਂ ਵੀ ਮਨਾਈਆਂ ਜਾਂਦੀਆਂ, ਉਹਨਾਂ ਨੂੰ ਚੇਤੇ ਵੀ ਕੀਤਾ ਜਾਂਦਾ ਹੈ। ਸਰੀਰ ਹੁੰਦਿਆਂ ਵੀ ਸੋਭਾ ਤੇ ਸਰੀਰ ਤੋਂ ਬਾਅਦ ਵੀ ਸੋਭਾ ਹੁੰਦੀ। ਜਿਹੜੇ ਗੁਰੂ ਦੇ ਸੱਚੇ ਮਾਰਗ ਤੇ ਚੱਲਦੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸਾਰਾ ਸੰਸਾਰ ਹੀ ਉਸਤਤ ਕਰਦਾ ਜਿਹੜਾ ਚੰਗੇ ਮਾਰਗ ਤੇ ਚੱਲਦਾ, ਜਿਹੜਾ ਚੰਗੇ ਕਰਮ ਕਰਦਾ। ਕਦੇ ਵੀ ਸੇਵਾ ਕਰਨ ਵਾਲਿਆਂ ਨੂੰ ਕਿਸੇ ਨੇ ਬੁਰਾ ਨਹੀਂ ਕਿਹਾ, ਨਾ ਹੀ ਸੇਵਾ ਕਰਨ ਵਾਲਿਆਂ ਦਾ ਰੌਲਾ ਕੋਈ। ਜਿਹੜਾ ਸਿਮਰਨ ਕਰਦਾ ਉਹਦਾ ਵੀ ਕੋਈ ਰੌਲਾ ਨਹੀਂ ਹੈ। ਸੰਸਾਰ ਤੇ ਚੰਗੇ ਕਰਮਾਂ ਦਾ ਰੌਲਾ ਨਹੀਂ, ਵਡਿਆਈ ਦਾ ਰੌਲਾ। ਚੰਗੇ ਕਰਮ ਕਰਕੇ ਕੋਈ ਨਹੀਂ ਕਿਸੇ ਨੂੰ ਰੋਕਦਾ। ਇੱਥੇ ਸਵੇਰ ਤੋਂ ਆ ਜਾਓ, ਆ ਕੇ ਸੇਵਾ ਕਰੋ, ਤੁਹਾਡੀ ਬਾਹ ਨਹੀਂ ਫੜੇਗਾ ਕੋਈ ਵੀ ਕਿਉਂ ਕਰਦਾ ਤੂੰ। ਜਿਹੜਾ ਵੀ ਦੇਖੇਗਾ ਉਹ ਚੰਗਾ ਹੀ ਕਹੇਗਾ ਵੀ ਬੜੀ ਚੰਗੀ ਗੱਲ ਹੈ ਭਾਈ, ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰ ਰਿਹਾ। ਜੇ ਕੋਈ ਬਹਿ ਕੇ ਨਾਮ ਜਪਦਾ ਉਹਦੀ ਵੀ ਉਸਤਤ ਹੈ, ਉਹਨੂੰ ਵੀ ਕੋਈ ਨਹੀਂ ਕਹੇਗਾ ਵੀ ਇਹ ਤੂੰ ਮਾੜਾ ਕਰਨਾ। ਉਸਤਤ ਕਰਨਗੇ ਵੀ ਜਿਹੜੇ ਕੰਮ ਵਾਸਤੇ ਮਨੁੱਖਾ ਜਨਮ ਧਾਰਨ ਕੀਤਾ ਉਹ ਕੰਮ ਕਰਨਾ। ਇਸ ਕਰਕੇ ਜਿੰਨਾ ਕੁ ਚਿਰ ਬਹਿਣਾ ਮਨ ਦੀ ਇਕਾਗਰਤਾ ਦੁਆਰਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬੜੀ ਅਪਾਰ ਕਿਰਪਾ ਕੀਤੀ, ਆਏ ਸਾਲ ਦੀ ਤਰ੍ਹਾਂ ਪਿੰਡ ਬਾਦਸ਼ਾਹਪੁਰ ਦੀ ਸੰਗਤ ਅਥਵਾ ਇਲਾਕਾ ਨਿਵਾਸੀ ਗੁਰੂ ਦੀਆਂ ਸੰਗਤਾਂ ਨੂੰ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਅਲੌਰਾ ਸਾਹਿਬ ਵਾਲੇ, ਕੌਣ ਨਹੀਂ ਜਾਣਦਾ ਹੈ ਉਹਨਾਂ ਨੂੰ, ਸ਼ਾਂਤੀ ਦੇ ਪੁੰਜ ਸਨ ਤੇ ਸਾਰੀ ਉਮਰ ਸੇਵਾ ਕਰਦੇ ਰਹੇ। ਜਿਨ੍ਹਾਂ ਨੇ ਸੇਵਾ ਕਰਨੀ ਦੱਸੀ, ਜੇ ਕਰਨੀ ਹੈ ਤਾਂ ਇਸ ਤਰ੍ਹਾਂ ਕਰਨੀ ਚਾਹੀਦੀ ਹੈ। ਆਪ ਜਪਿਆ, ਆਪ ਸੇਵਾ ਕੀਤੀ, ਫਿਰ ਦੂਜਿਆਂ ਨੂੰ ਜਪਾਇਆ। ਸਰੀਰ ਦੇ ਹੁੰਦਿਆਂ ਆਪਣੇ ਸਰੀਰ ਕਰਕੇ ਸੇਵਾ ਕਰਦੇ ਰਹੇ ਤੇ ਨਾਮ ਵੀ ਜਪਾਉਂਦੇ ਰਹੇ, ਤੇ ਆਪਣੇ ਸਰੀਰ ਦੇ ਹੁੰਦਿਆਂ ਹੀ ਜੈਦਾਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਦੀ ਡਿਊਟੀ ਲਾਈ ਉਹਨਾਂ ਨੇ ਕੀਰਤਨ ਦੀ।
ਉਦੋਂ ਤੋਂ ਲੈ ਕੇ ਨਿਰੰਤਰ ਜਿਹੜੇ ਪ੍ਰੇਮ ਰੱਖਦੇ ਨੇ, ਸੇਵਾ ਕਰਦੇ ਨੇ, ਉਹਨਾਂ ਦੇ ਆਏ ਸਾਲ ਇਹ ਗੁਰਮਤਿ ਸਮਾਗਮ ਰੱਖੇ ਹੁੰਦੇ। 30-30 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਗਿਆ, ਕਿਸੇ ਨੂੰ 50 ਸਾਲ ਹੋ ਗਏ, ਅੱਧੀ ਸਦੀ ਤੋਂ ਵੀ ਜ਼ਿਆਦਾ ਸਮਾਂ। ਪਹਿਲਾਂ ਸੰਤ ਜੀ ਮਹਾਰਾਜ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕਰਦੇ ਰਹੇ, ਫਿਰ ਜਹਿਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਜਰਗ ਵਾਲੇ, ਉਹਨਾਂ ਨੇ ਡਿਊਟੀ ਨਿਭਾਈ। ਫਿਰ ਸੰਤ ਬਾਬਾ ਸੁਖਦੇਵ ਸਿੰਘ ਜੀ ਨੇ, ਹੁਣ ਉਹਨਾਂ ਦੀ ਸਿੱਖਿਆ ਤੇ ਚੱਲ ਕੇ ਉਹਨਾਂ ਦੇ ਉਪਦੇਸ਼ ਅਨੁਸਾਰ ਤੇ ਗੁਰੂ ਦੀ ਕਿਰਪਾ ਦਾ ਸਦਕਾ ਜੈਦਾਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਨਿਭਾ ਰਹੇ। ਉਹਨਾਂ ਨੇ 5 ਦੀਵਾਨ ਇਸ ਇਲਾਕੇ ਨੂੰ ਬਖਸ਼ੇ। ਅੱਜ ਦੂਸਰਾ ਦੀਵਾਨ ਹੈ ਜਿਹੜਾ, ਉਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਰੰਭ ਹੈ। ਦੀਵਾਨਾਂ ਦੇ ਰੱਖਣ ਦਾ ਪ੍ਰਯੋਜਨ ਕੇਵਲ ਇੱਕੋ ਹੀ ਹੈ ਕਿ ਕੋਈ ਗੁਰੂ ਵਾਲਾ ਬਣ ਕੇ ਗੁਰਮਤ ਧਾਰਨ ਕਰ ਲਵੇ। ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 2 ਗੁਰਸਿੱਖੀ ਦੇ ਪਹਿਲੂ ਬਣਾਏ ਸੰਸਾਰ ਸਾਗਰ ਨੂੰ ਤਰਨ ਵਾਸਤੇ, ਇੱਕ ਸੇਵਾ ਤੇ ਦੂਸਰਾ ਸਿਮਰਨ। ਸ੍ਰੀ ਰਾਗ ਵਿੱਚ ਸੱਚੇ ਪਾਤਸ਼ਾਹ ਫਰਮਾਨ ਕਰਦੇ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਬੈਸਨ ਪਾਈ ਹੈ, ਕਹੋ ਨਾਨਕ ਬਾਹਾਂ ਲੁਡਾਈ ਹੈ। ਜਿਹੜਾ ਦੁਨੀਆ ਵਿੱਚ ਸੇਵਾ ਕਰਦਾ, ਸੇਵਾ ਘਰ ਤੋਂ ਸ਼ੁਰੂ ਹੋ ਕੇ ਧਰਮ ਤੱਕ ਸ਼ਹਾਦਤ ਤੱਕ ਸੇਵਾ ਹੀ ਹੈ, ਪਰ ਇਹ ਘਰ ਤੋਂ ਸ਼ੁਰੂ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੀ ਸੇਵਾ, ਜਿਹਨੂੰ ਬਾਣੀ ਨੇ ਸਭ ਤੋਂ ਪਹਿਲਾਂ ਗੁਰਦੇਵ ਆਖਿਆ। ਪਰਮੇਸ਼ੁਰ ਨੂੰ 3 ਥਾਂ ਤੇ ਗੁਰਦੇਵ ਆਖਿਆ ਮਹਾਰਾਜ, ਪਹਿਲਾਂ ਮਾਤਾ ਨੂੰ ਗੁਰਦੇਵ ਆਖਿਆ, ਫਿਰ ਪਿਤਾ ਨੂੰ ਗੁਰਦੇਵ ਆਖਿਆ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ੁਰਾ। ਸਾਡੀ ਮਾਂ ਤੋਂ ਸਾਡੀ ਸਿੱਖਿਆ ਪ੍ਰਾਪਤ ਹੁੰਦੀ ਹੈ, ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਗੁਰੂ ਸਾਡੀ ਮਾਂ ਹੈ, ਜਿਹਨੇ ਸਮਾਤ ਲੋਕ ਦੀ ਧਰਤੀ ਤੇ ਜਨਮ ਦਿੱਤਾ,
ਬਾਖੂਬੀ ਸਾਡੀ ਸੇਵਾ ਕੀਤੀ, ਪ੍ਰਿਤਪਾਲ ਕੀਤੀ ਆਪਣਾ ਫਰਜ਼ ਸਮਝ ਕੇ, ਤੇ ਮਨ ਦੇ ਵਿੱਚ ਇੱਕ ਇੱਛਾ ਸੀ ਵੱਡੇ ਹੋਣਗੇ ਫਿਰ ਇਹ ਸਾਡੀ ਸੇਵਾ ਕਰਨਗੇ। ਪਰ ਬਾਣੀ ਵੀ ਸੱਚੇ ਪਾਤਸ਼ਾਹ ਕਹਿੰਦੇ ਹੈ ਕਰਮਾਂ ਦੇ ਹੀ ਸੁੱਖ ਹੈ, ਕੋਈ ਕਿਸੇ ਨੂੰ ਸੁੱਖ ਨਹੀਂ ਦਿੰਦਾ, ਕੋਈ ਦੁੱਖ ਨਹੀਂ ਦਿੰਦਾ। ਜਿਉਂ ਜੇ ਕਰਮ ਕਰਦਾ ਇਨਸਾਨ ਉਹੋ ਜੇ ਅੱਗੇ ਆਉਂਦੇ, ਜੈਸਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਜਿਹੋ ਜਿਹਾ ਧਰਤੀ ਵਿੱਚ ਬੀਜ ਬੀਜੋਗੇ ਉਹੋ ਜਿਹਾ ਉੱਗਣਾ। ਜੇ ਤੁਸੀਂ ਕਰੋਗੇ ਤੇ ਆਉਣ ਵਾਲੇ ਬੱਚੇ ਤੁਹਾਡੀ ਵੀ ਕਰਨਗੇ, ਕਿਉਂਕਿ ਮਾਤਾ ਪਿਤਾ ਦੀ ਇੱਕੋ ਇੱਛਾ ਹੈ ਵੀ ਇਸ ਬਚਪਨ ਵੇਲੇ ਅਸੀਂ ਇਹਨਾਂ ਦੀ ਕਰਦੇ ਹਾਂ ਤੇ ਜਦੋਂ ਸਾਡੇ ਤੇ ਬੁਢੇਪਾ ਆ ਗਿਆ ਫਿਰ ਇਹਨਾਂ ਦਾ ਫਰਜ਼ ਬਣਦਾ। ਪਰ ਅੱਜ ਵਿਰਲੇ ਵਿਰਲੇ ਨੇ, ਕੋਈ ਕੋਈ ਨਹੀਂ। ਅਸੀਂ ਦੂਜਿਆਂ ਦੀ ਸੇਵਾ ਕਰਨ ਵਾਸਤੇ ਤਿਆਰ ਹਾਂ, ਪਰ ਸਾਡੇ ਮਾਤਾ ਪਿਤਾ ਘਰ ਦੇ ਵਿੱਚ ਪਾਣੀ ਤੋਂ ਤੰਗ ਨੇ, ਪ੍ਰਸ਼ਾਦੇ ਤੋਂ ਤੰਗ ਨੇ, ਉਹਨਾਂ ਦੀ ਸੇਵਾ ਅਸੀਂ ਕਰਕੇ ਰਾਜ਼ੀ ਨਹੀਂ ਹਾਂ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਜਿਹਨੇ ਆਪਣੇ ਮਾਤਾ ਪਿਤਾ ਨੂੰ ਖੁਸ਼ ਕਰ ਲਿਆ ਨਾ ਰੱਬ ਨੂੰ ਖੁਸ਼ ਕਰਨ ਦੀ ਲੋੜ ਨਹੀਂ ਹੈ, ਰੱਬ ਆਟੋਮੈਟਿਕ ਹੀ ਖੁਸ਼ ਹੋ ਜਾਂਦਾ ਉਹਦੇ ਤੇ। ਜਿਹੜੀ ਮਾਂ ਦੀ ਆਸ਼ੀਰਵਾਦ ਹੈ ਨਾ ਇਹ ਧੁਰ ਦਰਗਾਹ ਤੱਕ ਜਾਂਦੀ। ਇਸ ਕਰਕੇ ਉਹ ਤਾਂ ਆਸ ਰੱਖਦੇ ਨੇ ਪਰ ਜਦੋਂ ਵੱਡੇ ਹੁੰਦੇ ਨੇ ਵਿਆਹੇ ਜਾਂਦੇ ਨੇ ਫਿਰ ਘਰ ਚ ਕੰਧ ਕੱਢ ਕੇ ਕਹਿੰਦੇ ਨੇ ਪੱਕਦੀ ਇਹ ਪਕਾ ਕੇ ਖਾ ਲਓ ਨਹੀਂ ਤੇ ਦਿੱਤੀ ਨਹੀਂ ਜਾਂਦੀ। ਹਾਲਾਤ ਹੈ ਅੱਜ ਦੁਨੀਆ ਦੇ। ਅਸੀਂ ਗੁਰੂ ਦੀ ਸਿੱਖਿਆ ਨੂੰ ਛੱਡ ਕੇ ਦੂਜਿਆਂ ਦੀ ਸਿੱਖਿਆ ਤੇ ਚੱਲ ਰਹੇ ਹਾਂ ਤੇ ਦੁਖੀ ਹੋ ਰਹੇ। ਅੱਜ ਸਾਡੇ ਕੋਲ ਸਾਰੇ ਪਦਾਰਥ ਨੇ, ਘਰ ਬਾਰ ਬੜੇ ਵਧੀਆ ਨੇ, ਮੋਟਰ ਕਾਰਾਂ ਨੇ ਸਾਡੇ ਕੋਲ, ਖਾਣ ਪਹਿਨਣ ਵਾਸਤੇ ਬੜੇ ਵਧੀਆ ਪਦਾਰਥ ਨੇ, ਕੱਪੜੇ ਨੇ, ਬ੍ਰਾਂਡ ਨੇ ਸਾਡੇ ਕੋਲ। ਪਰ ਜਿਹਨੂੰ ਵੀ ਪੁੱਛ ਕੇ ਦੇਖ ਲਓ ਕਹਿੰਦਾ ਮੈਂ ਦੁਖੀ ਬੜਾ। ਕੋਈ ਵਿਰਲਾ ਹੀ ਹੋਣਾ, ਸਾਰਾ ਕੁਛ ਹੁੰਦਿਆਂ ਵੀ ਅੱਜ ਦੁਖੀ ਹੈ, ਕਿਉਂਕਿ ਅਸੀਂ ਗੁਣ ਨਹੀਂ ਧਾਰਨ ਕੀਤੇ, ਗੁਰੂ ਦੀ ਮੱਤ ਨਹੀਂ ਧਾਰਨ ਕੀਤੀ। ਸਾਡੇ ਬਜ਼ੁਰਗਾਂ ਕੋਲ ਥੋੜਾ ਜਿਹਾ ਹੁੰਦਾ ਸੀ ਤੇ ਸੁਖੀ ਸਨ। ਉਹਨਾਂ ਨੂੰ ਜਦੋਂ ਕਿਸੇ ਨੇ ਪੁੱਛਣਾ ਕਿਵੇਂ ਹੈ, ਬੜੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ। ਕੋਈ ਨੁਕਸਾਨ ਵੀ ਹੋ ਜਾਣਾ ਕੋਈ ਗੱਲ ਨਹੀਂ, ਜੇ ਹੋ ਗਿਆ ਤੇ ਅੱਗੇ ਵਾਸਤੇ ਰੱਬ ਹੋਰ ਕਿਰਪਾ ਕਰ ਦੇਗਾ, ਐਤਕੀ ਨੁਕਸਾਨ ਹੋ ਗਿਆ ਅੱਗੇ ਵਾਸਤੇ ਵਾਧਾ ਕਰ ਦੇਗਾ। ਮਹਾਰਾਜ ਏਡੀ ਤਕੜੀ ਮੱਤ ਸੀ ਉਹਨਾਂ ਦੀ, ਵਿਚਾਰ ਸੀ,
ਥੋੜਾ ਹੁੰਦਿਆਂ ਵੀ ਸੁਖੀ ਸਨ ਕਿਉਂਕਿ ਅੰਦਰ ਸੰਤੋਖ ਸੀ। ਬਾਣੀ ਚ ਮਹਾਰਾਜ ਕਹਿੰਦੇ ਜਿੰਨਾ ਚਿਰ ਸੰਤੋਖ ਨਹੀਂ ਨਾ ਆਉਂਦਾ ਮਨ ਚ ਓਨਾ ਚਿਰ ਸੁਖੀ ਨਹੀਂ ਹੋ ਸਕਦਾ, ਓਨਾ ਚਿਰ ਤੂੰ ਰੱਜ ਨਹੀਂ ਸਕਦਾ। ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ। ਸੁਫਲ ਮਨੋਰਥ ਬਿਰਥਾ ਸਭ ਕਰਦੇ, ਜਿੰਨਾ ਚਿਰ ਸੰਤੋਖ ਨਹੀਂ ਨਾ ਆਉਂਦਾ, ਸੰਤੁਸ਼ਟੀ ਨਹੀਂ ਆਉਂਦੀ, ਜਿੰਨਾ ਚਿਰ ਇਹ ਨਹੀਂ ਕਿ ਕਹਿੰਦਾ ਵੀ ਮਹਾਰਾਜ ਜੋ ਦਿੱਤਾ ਬੜਾ ਕੁਛ ਹੈ, ਜੋ ਦਏਗਾ ਉਹ ਵੀ ਬੜਾ ਕੁਛ ਹੈ, ਜੋ ਭੋਗ ਕੇ ਆਇਆ ਉਹ ਵੀ ਤੇਰੀ ਮਰਜ਼ੀ ਹੈ, ਜਿਹੜੀ ਤੈਨੂੰ ਚੀਜ਼ ਭਾਰੀ ਹੈ ਉਹਨੇ ਉਹਦੇ 'ਚ ਸਾਡਿਆ ਮਨ ਸ਼ਾਂਤ। ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਦੋਂ ਮਨ ਰੱਜ ਗਿਆ, ਸੰਤੋਖ ਵਿੱਚ ਆ ਗਿਆ, ਤਾਂ ਸਾਰੀ ਸ੍ਰਿਸ਼ਟੀ ਆਪਣੇ ਆਪ ਹੀ ਸੁਖੀ ਹੋ ਜਾਂਦੀ। ਸਾਰਾ ਕੁਛ ਹੁੰਦਿਆਂ ਮਨ ਤੜਫ ਰਿਹਾ ਕਿਉਂਕਿ ਸਾਡੇ ਅੰਦਰ ਗੁਣ ਨਹੀਂ ਹਨ, ਪਰਉਪਕਾਰ ਨਹੀਂ ਹੈ, ਦਇਆ ਨਹੀਂ ਹੈ, ਸੇਵਾ ਭਾਵਨਾ ਨਹੀਂ ਹੈ, ਇਸ ਕਰਕੇ ਅਸੀਂ ਦੁਖੀ ਹੋ ਗਏ। ਮਹਾਰਾਜ ਕਹਿੰਦੇ ਇਹਨਾਂ ਤੋਂ ਸੇਵਾ ਸ਼ੁਰੂ ਹੁੰਦੀ, ਫਿਰ ਗੁਰੂ ਘਰ ਦੀ ਸੇਵਾ, ਗਰੀਬਾਂ ਦੀ ਸੇਵਾ, ਧਰਮ ਦੀ ਸੇਵਾ। ਜਿੰਨੀ ਜਿੰਨੀ ਨਿਮਰਤਾ ਨਾਲ ਸੇਵਾ ਕਰਦਾ ਚਲਾ ਜਾਏਗਾ ਨਾ, ਉਹਨਾਂ ਉਹਨਾਂ ਮਨ ਸ਼ਾਂਤ ਹੁੰਦਾ ਚਲਾ ਜਾਏ। ਇਹ ਦੋ ਪਹਿਲੂ ਇਹਨੇ ਸੱਚੇ ਪਾਤਸ਼ਾਹ ਨੇ, ਸੇਵਾ ਕਰਕੇ ਵਡਿਆਈ ਪ੍ਰਾਪਤ ਹੁੰਦੀ ਹੈ ਤੇ ਨਾਮ ਜਪਣ ਕਰਕੇ ਦੁੱਖਾਂ ਦੀ ਨਿਵਿਰਤੀ ਹੁੰਦੀ ਹੈ। ਇਹ ਇਤਿਹਾਸ ਹੈ ਸਾਡਾ, ਬਾਣੀ ਵਿੱਚ ਵੀ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦੇ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦੇ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਨਾਣ ਪਾਈਂਦੇ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਨਾਣ ਪਾਈਂਦੇ।
ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਹੰਗਤਾ ਤੇ ਮਮਤਾ ਤੋਂ ਦੂਰ ਹੋ ਕੇ ਨਿਰਮਾਣਤਾ ਨਾਲ ਜੇ ਸੇਵਾ ਵੀ ਕਰਦਾ ਤੇ ਮਾਣ ਵੀ ਕਰਦਾ। ਮਹਾਰਾਜ ਕਹਿੰਦੇ ਕੀਤਾ ਹੋਇਆ ਕਰਮ ਵਿਅਰਥ ਚਲਾ ਜਾਂਦਾ। ਸੇਵਾ ਵੀ ਕਰ ਲਈ ਤੇ ਉਹਦਾ ਮਾਣ ਵੀ ਕੀਤਾ। ਪਹਿਲਾਂ ਤਾਂ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਕਰਨ ਦੀ ਯੁਕਤੀ ਹੋਣੀ ਚਾਹੀਦੀ ਹੈ। ਕਈ ਵਾਰੀ ਜਦੋਂ ਸ਼ਾਮ ਨੂੰ ਮਹਾਂਪੁਰਸ਼ ਬਹਿੰਦੇ ਹੁੰਦੇ ਸੀ ਨਾ, ਰਾੜਾ ਸਾਹਿਬ 1981 ਦੀ ਗੱਲ ਹੈ, ਸੰਤ ਬਾਬਾ ਕਿਸ਼ਨ ਸਿੰਘ ਜੀ ਉਹਨਾਂ ਦੀ ਕੁਰਸੀ ਲੱਗਦੀ ਹੁੰਦੀ ਸੀ ਸ਼ਾਮ ਨੂੰ 5 ਵਜੇ ਤੋਂ ਲੈ ਕੇ 6:30 ਵਜੇ ਤੱਕ। ਸੰਗਤ ਨੂੰ ਮਿਲਦੇ ਫਿਰ ਉੱਥੇ ਹੀ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਕਈ ਵਾਰੀ ਆਪ ਕਰਦੇ, ਕਈ ਵਾਰੀ ਕਿਸੇ ਸਿੰਘ ਤੋਂ ਸੁਣਦੇ ਸਨ। ਤੇ ਉਹ ਬਚਨ ਕਰਦੇ ਹੁੰਦੇ ਸੀ, ਕਹਿੰਦੇ ਆ ਜੋ ਕੁਛ ਦੇਖ ਰਹੇ ਹੋ ਨਾ, ਜਿੰਨੀ ਵੀ ਵਿਭੂਤੀ ਹੈ ਰਾੜਾ ਸਾਹਿਬ, ਇਹ ਅਸੀਂ 40 ਦਿਨ ਮੱਤ ਕੇ ਸੇਵਾ ਕੀਤੀ ਹੋਈ ਹੈ, ਜਿਵੇਂ ਸੇਵਾ ਕਰਨੀ ਚਾਹੀਦੀ ਹੈ। ਕਿਉਂਕਿ ਡਾਕਟਰ ਕੋਲ ਜਾਣਾ, ਬੁਖਾਰ ਚੜਿਆ ਜਾਂ ਖੰਘ ਹੈ, ਡਾਕਟਰ ਦਵਾਈ ਵੀ ਦਿੰਦਾ ਪਰ ਨਾਲ ਇੱਕ ਬਚਨ ਕਰਦਾ ਵੀ ਪੱਥ ਰੱਖਣਾ, ਪਰਹੇਜ਼ ਰੱਖਣਾ।
ਦਵਾਈ ਨੇ ਕੰਮ ਤਾਂ ਕਰਨਾ ਜੇ ਪਰਹੇਜ ਰੱਖੇਗਾ, ਤੇ ਜੇ ਦਵਾਈ ਵੀ ਖਾਈ ਗਿਆ, ਖੱਟਾ ਵੀ ਖਾਈ ਗਿਆ, ਪਕੌੜੇ ਵੀ ਖਾਈ ਗਿਆ, ਫਿਰ ਘਟਣ ਦੀ ਬਜਾਏ ਵੱਧ ਜਾਏਗਾ ਸਾਰਾ ਕੁਛ, ਘਟੇਗੀ ਨਹੀਂ। ਦਵਾਈ ਆਰਾਮ ਨਹੀਂ ਕਰੇਗੀ ਜਿੰਨਾ ਚਿਰ ਪਰਹੇਜ ਨਹੀਂ ਰੱਖੇ। ਗੁਰੂ ਦੀ ਸੇਵਾ ਵੀ ਤੈਨੂੰ ਦੱਸੇਗੀ ਜੇ ਪਰਹੇਜ ਨਾਲ ਕਰੇ। ਤੇ ਮਹਾਂਪੁਰਸ਼ ਕਹਿੰਦੇ ਵੱਡਿਆਂ ਦੇ ਵੇਲੇ, ਕਹਿੰਦੇ ਇੱਥੇ ਇੱਕ ਸਿੰਘ ਸੇਵਾ ਕਰਦਾ ਹੁੰਦਾ ਸੀ, ਉਹਨੇ ਇੱਕ ਦਿਨ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਸਵਾਲ ਕੀਤਾ, ਕਹਿੰਦਾ ਬਾਬਾ ਜੀ ਬੜੀ ਵਡਿਆਈ ਕਰਦੇ ਹੋ ਦੀਵਾਨ ਚ, ਸੇਵਾ ਦੀ ਸਿਮਰਨ ਦੀ ਬੜਾ ਆਨੰਦ ਹੈ, ਬੜੀ ਤਾਕਤ ਹੈ ਸੇਵਾ ਚ, ਮੈਂ ਤਾਂ ਬਚਪਨ ਤੋਂ ਕਰ ਰਿਹਾ, ਮੈਨੂੰ ਤਾਂ ਕੁਛ ਮਿਲਿਆ ਨਹੀਂ ਹੈ, ਨਾ ਹੀ ਮਨ ਸ਼ਾਂਤ ਹੋਇਆ, ਨਾ ਕੁਛ ਅਜੇ ਤੱਕ ਪ੍ਰਾਪਤ ਹੋਇਆ, ਸੇਵਾ ਤਾਂ ਮੈਂ ਵੀ ਬੜੀ ਕਰਦੀ। ਕਹਿੰਦੇ ਕਿਸੇ ਨੂੰ ਪੁੱਛਿਆ ਵੀ ਸੇਵਾ ਕਿਵੇਂ ਕਰਨੀ ਹੈ? ਕਹਿੰਦਾ ਨਹੀਂ ਪੁੱਛਿਆ ਤਾਂ ਨਹੀਂ ਹੈ। ਕਹਿੰਦੇ ਹਰ ਇੱਕ ਕੰਮ ਦੀ ਜੁਗਤੀ ਹੈ, ਜੇ ਜੁਗਤੀ ਨਾਲ ਕਰੇਗਾ ਨਾ ਤਾਂ ਪਾਸ ਹੋਊਗਾ। ਜਿੱਡਾ ਮਰਜ਼ੀ ਸੌਖਾ ਸਵਾਲ ਹੋਵੇ ਬੱਚਿਆਂ ਕੋਲ, ਜੇ ਫਾਰਮੂਲੇ ਦਾ ਪਤਾ ਨਾ ਹੋਵੇ ਉਹ ਨਿਕਲਦਾ ਨਹੀਂ, ਹੱਲ ਨਹੀਂ ਹੁੰਦਾ। ਤੇ ਜਿੱਡਾ ਮਰਜ਼ੀ ਔਖਾ ਸਵਾਲ ਹੋਵੇ ਉਹਦੇ ਫਾਰਮੂਲੇ ਦਾ ਪਤਾ ਲੱਗ ਜਾਏ ਉਹ ਸਕਿੰਟਾਂ 'ਚ ਹੱਲ ਹੋ ਜਾਵੇ। ਮਹਾਰਾਜ ਕਹਿੰਦੇ ਤੈਨੂੰ ਵੀ ਜੁਗਤੀ ਸਿੱਖਣੀ ਚਾਹੀਦੀ ਹੈ। ਕਹਿੰਦਾ ਫਿਰ ਦੱਸ ਦਿਓ ਕਿਵੇਂ ਕਰਨੀ ਹੈ ਸਰ, ਮੈਂ ਉਸੇ ਤਰ੍ਹਾਂ ਹੀ ਕਰ ਲਾਂਗਾ। ਕਹਿੰਦੇ ਸੇਵਾ ਨੂੰ ਤਾਂ ਕਈ ਚੀਜ਼ਾਂ ਛੱਡਣੀਆਂ ਪੈਣੀਆਂ, ਪਰ ਤੈਨੂੰ ਅਸੀਂ ਇੱਕ ਚੀਜ਼ ਹੀ ਦੱਸ ਦਿੰਦੇ ਹਾਂ ਵੀ 40 ਦਿਨ ਲੜਨਾ ਨਹੀਂ ਕਿਸੇ ਨੂੰ, ਉੱਚਾ ਨਹੀਂ ਬੋਲਣਾ ਕਿਸੇ ਨੂੰ, ਮਨ 'ਚ ਕ੍ਰੋਧ ਨਹੀਂ ਕਰਨਾ। ਸਾਰਾ ਦਿਨ ਬਰਤਨ ਮਾਜਿਆ ਕਰ ਸੰਗਤ ਦੇ ਝੂਠੇ, ਕੋਈ ਬਰਤਨ ਰੱਖ ਜੇ ਧੋ ਕੇ ਰੱਖ ਜੇ, ਨਾ ਰੱਖ ਜੇ ਤੂੰ ਬੋਲਣਾ ਨਹੀਂ ਹੈ। ਮਨ 'ਚ ਨਿਮਰਤਾ ਧਾਰਨ ਕਰਕੇ ਸੇਵਾ ਕਰਨੀ। ਜਦ 40 ਦਿਨ ਹੋ ਜਾਣਗੇ ਫਿਰ ਮੈਨੂੰ ਆ ਕੇ ਦੱਸੀ ਵੀ ਇਹਦੇ 'ਚ ਆਨੰਦ ਕਿੰਨਾ ਹੈ, ਮਿਲਿਆ ਕਿ ਨਾ ਕੁਛ, ਹੁਣ ਲੱਗ ਗਿਆ ਸੇਵਾ ਕਰਨ। ਅਜੇ 25 ਕੁ ਦਿਨ ਬਤੀਤ ਹੋਏ ਸੀ, ਕਿਉਂਕਿ ਜਿਹਨੂੰ ਕੁਛ ਦੇਣਾ ਉਹਦੇ 'ਤੇ ਕਸਵੱਟੀ ਵੀ ਜ਼ਰੂਰ ਲੱਗਦੀ ਹੈ, ਬਿਨਾਂ ਕਸਵੱਟੀ ਤੋਂ ਜਦੋਂ ਚੀਜ਼ ਮਿਲ ਜਾਏ ਨਾ ਫਿਰ ਉਹਦੀ ਕਦਰ ਨਹੀਂ ਕਰਦਾ। ਜਿਹੜਾ ਗੁਣ ਬਿਨ ਗਾਹਕ ਤੋਂ ਵੇਚ ਦੋਗੇ ਨਾ ਉਹਦੀ ਕਦਰ ਨਹੀਂ ਹੋਏਗੀ, ਜੇ ਉਹੀ ਗੁਣ ਗਾਹਕ ਨੂੰ ਵੇਚੋਗੇ ਤੇ ਉਹ ਕਰੋੜਾਂ ਦਾ ਵਿਕ ਜਾਏਗਾ, ਜੇ ਕਿਸੇ ਮੂਰਖ ਨੂੰ ਵੇਚ ਦਿਓਗੇ ਉਹਨੇ 1 ਰੁਪਈਆ ਵੀ ਨਹੀਂ ਦੇਣਾ। ਬਿਨ ਗਾਹਕ ਗੁਣ ਵੇਚੀਏ ਤਉ ਗੁਣ ਸਹਿਬੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਪਕਾਏ। ਜਿਹੜਾ ਅਧਿਕਾਰੀ ਹੈ ਨਾ
ਉਹਨੂੰ ਚੀਜ਼ ਮਿਲਣੀ ਚਾਹੀਦੀ ਹੈ। ਜਿਹੜਾ ਅਧਿਕਾਰੀ ਨਹੀਂ ਹੈ, ਭਾਂਡਾ ਜੇ ਸਾਫ ਨਹੀਂ ਹੋਇਆ ਤੇ ਨਾਮ ਦਾ ਦੁੱਧ ਪਾ ਦਿੱਤਾ, ਉਹ ਬਚੇਗਾ ਨਹੀਂ, ਕਿਉਂਕਿ ਹਿਰਦਾ ਛੋਟਾ ਹੈ। ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਚ ਟਿਕਦਾ ਹੈ, ਜੇ ਕਿਸੇ ਹੋਰ ਬਰਤਨ ਚ ਪਾ ਦੋਗੇ ਨਾ ਉਹ ਬਰਤਨ ਫਟ ਜਾਂਦਾ। ਤੇ ਨਾਮ ਹੈ ਜਿਹੜਾ, ਇਹ ਵੀ ਉਸ ਹਿਰਦੇ ਚ ਟਿਕਦਾ ਜਿਹੜਾ ਸ਼ੁੱਧ ਤੇ ਸਾਫ ਹੈ। ਮਹਾਰਾਜ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਵੋ। ਪਹਿਲਾਂ ਮਨ ਦਾ ਭਾਂਡਾ ਸਾਫ ਕਰਨਾ, ਇਹਨੂੰ ਸਾਫ ਕਰਕੇ ਫਿਰ ਇਹਦੇ ਚ ਨਾਮ ਦਾ ਦੁੱਧ ਪਾਈ। ਪਹਿਲੇ ਦਿਨ ਤੈਨੂੰ ਦੱਸ ਦੇਗਾ ਜਿਸ ਦਿਨ ਬਰਤਨ ਸਾਫ ਹੋ ਗਏ। ਆ ਜਿੰਨਾ ਕੁਛ ਹੋ ਰਿਹਾ ਨਾ, ਇਹ ਮਨ ਦੀ ਸਫਾਈ ਹੋ ਰਹੀ ਹੈ। ਸੇਵਾ ਕਰਨੀ, ਸਿਮਰਨ ਕਰਨਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਰੋਜ਼ ਇਹਨੂੰ ਨਾਮ ਦਾ ਸਾਬਣ ਲਾਉਣਾ, ਚੰਗੇ ਕਰਮਾਂ ਨਾਲ ਧੋਣਾ ਇਹਨੂੰ। ਜਨਮਾਂ ਜਨਮਾਂ ਦੀ ਜਿਹੜੀ ਮੈਲ ਲੱਗੀ ਹੈ ਫਿਰ ਇੱਕ ਦਿਨ ਸਾਫ ਹੋ ਜਾਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਸਾਬਣ ਨਾਲ, ਸੇਵਾ ਦੇ ਸਾਬਣ ਨਾਲ ਫਿਰ ਇਹ ਸਾਫ ਹੋ ਜਾਏ, ਫਿਰ ਇਹਨੂੰ ਆਨੰਦ ਆਉਣ ਲੱਗ ਪਏਗਾ। ਭਾਂਡਾ ਸਾਫ ਨਹੀਂ ਉਹਨਾਂ ਚਿਰ ਆਨੰਦ ਵੀ ਨਹੀਂ ਆਏ। ਜਿੱਦਣ ਇਹ ਥੋੜ੍ਹਾ ਥੋੜ੍ਹਾ ਵੀ ਟਿਕਣ ਲੱਗ ਗਿਆ ਨਾ ਸੇਵਾ 'ਚ, ਉਦਣ ਦੱਸਣ ਲੱਗ ਜਾਏਗੀ ਸੇਵਾ 'ਚ ਆਨੰਦ ਕਿੰਨਾ। ਉਹ ਆਨੰਦ ਨੂੰ ਜਿਹੜਾ ਮਾਣਦਾ ਇਹ ਤਾਂ ਉਹੀ ਜਾਣ ਸਕਦਾ। ਇਸ ਕਰਕੇ ਜੇ 25 ਕੁ ਦਿਨ ਹੋਏ, ਇੱਕ ਨੂੰ ਪ੍ਰੇਰ ਦਿੱਤਾ ਪਰਮਾਤਮਾ ਨੇ ਪਰਖਣ ਵਾਸਤੇ ਵੀ ਅੰਦਰ ਉਹ ਬਚਨ ਹੈ ਵੀ ਹੈ। ਉਹਨੇ ਬਰਤਨ ਨਹੀਂ ਧੋਤੇ, ਪ੍ਰਸ਼ਾਦਾ ਛੱਕ ਕੇ ਇਸ ਤਰ੍ਹਾਂ ਹੀ ਵਗਾ ਕੇ ਅੱਗੇ ਕਰ ਦਿੱਤੇ। ਉਹਨੂੰ ਕਹਿੰਦਾ ਭਾਈ ਬਰਤਨ ਤਾਂ ਸਾਫ ਕਰਕੇ ਰੱਖ ਜਾ, ਧੋ ਕੇ ਰੱਖ ਜਾ, ਸਾਫ ਤਾਂ ਮੈਂ ਆਪੇ ਕਰ ਦੂੰਗਾ, ਮਾਂਜ ਦੂੰਗਾ। ਉਹ ਪ੍ਰੇਰਿਆ ਹੋਇਆ ਸੀ ਪਰਮਾਤਮਾ ਦਾ, ਕਹਿੰਦਾ ਤੇਰੀਆਂ ਟੁੱਟੀਆਂ ਨੇ, ਤੂੰ ਨਹੀਂ ਧੋ ਸਕਦਾ, ਬਸ ਜਿਹੜੀ ਅੰਦਰ ਚੀਜ਼ ਸੀ ਫਿਰ ਆ ਗਈ ਬਾਹਰ। ਜੇ ਕਿਸੇ ਨੂੰ ਪਰਖਣਾ ਹੋਵੇ ਨਾ, 4-5 ਵਾਰੀ ਉਹਨੂੰ ਉਹ ਚੀਜ਼ ਕਹਿ ਦਿਓ, ਅੰਦਰਲੀ ਚੀਜ਼ ਆਟੋਮੈਟਿਕ ਹੀ ਬਾਹਰ ਆ ਜਾਂਦੀ ਹੈ। ਭਾਈ ਸੁਥਰਾ 6ਵੇਂ ਪਾਤਸ਼ਾਹ ਦਾ ਸਿੱਖ, ਇੱਕ ਦਿਨ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਸਾਧੂ ਆਇਆ, ਨਾਮ ਹੈ ਸੀਤਲ ਦਾਸ। ਤੇ ਭਾਈ ਸੁਥਰੇ ਨੇ ਜਾ ਕੇ ਪੁੱਛਿਆ, ਸੰਤ ਜੀ ਤੁਹਾਡਾ ਨਾਮ? ਕਹਿੰਦਾ ਮੇਰਾ ਨਾਮ ਸੀਤਲ ਦਾਸ ਹੈ, ਬੜਾ ਪਾਰਕੂ ਸਿੱਖ ਸੀ। ਉਹਨੇ ਦੇਖਿਆ ਵੀ ਇਹਨੂੰ ਦੇਖਣਾ ਚਾਹੀਦਾ ਵੀ ਵਾਕਿਆ ਸੀਤਲ ਦਾਸ ਹੈ ਕਿ ਅੰਦਰ ਕੁਛ ਹੋਰ ਹੈ ਤੇ ਬਾਹਰੋਂ ਕੁਛ ਹੋਰ ਕਹਿ ਰਿਹਾ। ਲੇਬਲ ਸੱਚ ਦਾ ਲਾਇਆ ਤੇ ਅੰਦਰ ਕੂੜ ਭਰਿਆ ਹੋਇਆ। ਅੱਜ ਬਹੁਤਾ ਇਹੀ ਚੱਲ ਰਿਹਾ ਨਾ ਕੰਮ, ਲੇਬਲ ਕੁਛ ਹੋਰ ਹੈ ਤੇ ਚੀਜ਼ ਕੁਛ ਹੋਰ, ਮੂੰਹ ਤੋਂ ਕੁਛ ਕਹਿ ਰਿਹਾ ਤੇ ਅੰਦਰ ਕੁਛ ਹੋਰ।
ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ। ਜਿਨ੍ਹਾਂ ਦੇ ਮਨ ਵਿੱਚ ਕੁਛ ਹੋਰ ਤੇ ਅੰਦਰ ਕੁਛ ਹੋਰ ਹੈ ਉਹ ਪੱਕੇ ਨਹੀਂ ਹੋ ਸਕਦੇ। ਤੇ ਜਿਹੜੀ ਅੰਦਰਲੀ ਗੱਲ ਹੈ ਇੱਕ ਦਿਨ ਆ ਜਾਂਦੀ ਹੈ ਜ਼ਰੂਰ ਬਾਹਰ। ਜਦੋਂ ਗੁਰੂ ਕਸਵੱਟੀ ਦਾ ਪਾਰਸ ਲਾਉਂਦਾ ਨਾ ਫਿਰ ਅੰਦਰਲੀ ਚੀਜ਼ ਪ੍ਰਗਟ ਹੋ ਜਾਂਦੀ ਹੈ। ਉੱਗੜ ਗਿਆ ਜੈਸੇ ਖੋਟਾ ਢਬੂਆ ਜਦ ਨਦਰ ਸਰਾਫਾ ਆਇਆ। ਇੰਨੀ ਚੀਜ਼ ਪੁੱਛ ਕੇ ਥੋੜ੍ਹੀ ਦੂਰ ਚਲਾ ਗਿਆ ਸੁਤਰਾ ਫਿਰ ਮੁੜ ਆਇਆ ਆ ਕੇ ਕਹਿੰਦਾ ਸੰਤ ਜੀ ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਨਾਮ ਸੀਤਲ ਦਾਸ। ਕਹਿੰਦਾ ਠੀਕ। ਦੋ ਕੁ ਮਿੰਟ ਬਾਅਦ ਫਿਰ ਮੁੜ ਆਇਆ। ਉਹਨੇ ਦੇਖਣਾ ਸੀ ਵੀ ਅੰਦਰ ਵਾਕਿਆ ਹੀ ਸੀਤਲ ਤਾਂ ਹੈ ਕਿ ਨਹੀਂ। ਕਹਿੰਦਾ ਸੰਤ ਜੀ ਤੇਰਾ ਨਾਂ ਕੀ ਹੈ? ਬਸ ਲੱਗ ਪਈ ਫਿਰ ਅੰਦਰਲੀ ਜਿਹੜੀ ਚੀਜ਼ ਸੀ ਉਹ ਪ੍ਰਗਟ ਹੋਣ। ਉਹ ਕਹਿੰਦਾ ਤੈਨੂੰ ਦੋ ਤਿੰਨ ਵਾਰੀ ਦੱਸਤਾ ਤੈਨੂੰ ਸਮਝ ਨਹੀਂ ਆਉਂਦੀ ਵੀ ਮੇਰਾ ਨਾਂ ਸੀਤਲ ਦਾਸ ਹੈ? ਭਾਈ ਸੁਥਰੇ ਨੇ ਦੇਖਿਆ ਵੀ ਲੱਗ ਗਿਆ ਪ੍ਰਗਟ ਹੋਣ, ਇਹਦੇ ਅੰਦਰ ਨਹੀਂ ਹੈਗਾ। ਜਦ ਪੰਜਵੀਂ ਵਾਰੀ ਪੁੱਛਿਆ ਨਾ ਤੇਰਾ ਨਾਂ ਕੀ ਹੈ, ਡੰਡਾ ਪਿਆ ਸੀ ਕੋਲ ਲੈ ਕੇ ਸੰਤ ਜੀ ਮਗਰ ਲੱਗ ਗਏ ਸੁਧਰੇ ਤੇ। ਸੁਧਰਾ ਅੱਗੇ ਜਾ ਕੇ ਖੜ ਕੇ ਕਹਿੰਦਾ ਸੰਤ ਜੀ ਕੀ ਗੱਲ ਹੈ, ਭੱਜੇ ਕਾਹਤੋਂ ਆਉਂਦੇ ਹੋ ਮੇਰੇ ਮਗਰ ਮਗਰ? ਕਹਿੰਦਾ ਤੈਨੂੰ ਇੱਕ ਵਾਰੀ ਕਹਿ ਤੇ ਪਤਾ ਨਹੀਂ ਲੱਗਦਾ, ਤੂੰ 6-7 ਵਾਰੀ ਮੈਨੂੰ ਪੁੱਛ ਲਿਆ ਵੀ ਨਾਮ ਸੀਤਲ ਦਾਸ, ਤੈਨੂੰ 20 ਵਾਰੀ ਤਾਂ ਕਹਿਤਾ ਵੀ ਸੀਤਲ ਦਾਸ ਹੈ ਮੇਰਾ ਨਾਮ। ਕਹਿੰਦਾ ਨਹੀਂ ਸੰਤ ਜੀ ਸੀਤਲ ਦਾਸ ਨਹੀਂ ਹੈ, ਜੇ ਸੀਤਲ ਦਾਸ ਹੁੰਦਾ ਨਾ ਤੂੰ ਉੱਥੇ ਹੀ ਬੈਠਾ ਰਹਿਣਾ ਸੀ, ਤੇਰਾ ਨਾਮ ਭਾਂਬੜ ਦਾਸ ਰੱਖਣਾ ਚਾਹੀਦਾ, ਸੀਤਲ ਦਾਸ ਨਹੀਂ ਹੈ ਤੂੰ, ਤੇਰੇ ਅੰਦਰ ਤਾਂ ਭਾਂਬੜ ਮੱਚਿਆ ਪਿਆ, ਸੀਤਲ ਦਾਸ ਕਿੱਧਰੋਂ ਹੋ ਗਿਆ ਤੂੰ? ਇਸ ਕਰਕੇ ਜਿਹੜੀ ਅੰਦਰਲੀ ਚੀਜ਼ ਹੈ ਨਾ ਪ੍ਰਗਟ ਹੋ ਜਾਂਦੀ ਹੈ, ਜਿੰਨਾ ਮਰਜ਼ੀ ਲੇਵਲ ਲਾ ਲਓ ਉੱਤੋਂ, ਜਿੰਨਾ ਚਿਰ ਪੂਰਾ ਸਾਫ ਨਹੀਂ ਨਾ ਹੋਏਗਾ ਫਿਰ ਉਹ ਕਰਦਾ ਰਹੇਗਾ ਹੰਤਾ ਤੇ ਮਮਤਾ ਵਾਲਾ ਕੰਮ। ਉਹਨੇ ਅੱਗੋਂ ਜਵਾਬ ਦਿੱਤਾ, ਉੱਠ ਕੇ ਖੜਾ ਹੋ ਗਿਆ, ਬਾਂਹ ਤੋਂ ਫੜ ਲਿਆ, ਕਰਦਾ ਕਿਉਂ ਨਹੀਂ, ਝਗੜਾ ਹੋ ਗਿਆ। ਮਹਾਂਪੁਰਸ਼ਾਂ ਨੇ ਬੁਲਾਇਆ, ਭਾਈ ਕੀ ਹੋ ਗਿਆ ਤੁਹਾਨੂੰ? ਕਹਿੰਦਾ ਜੀ ਇਹ ਬਰਤਨ ਨਹੀਂ ਧੋ ਗਿਆ। ਕਹਿੰਦੇ ਤੂੰ ਧੋ ਲੈਂਦਾ ਭਾਈ, ਨਾਲੇ ਤੂੰ ਪੁੱਛਿਆ ਸੀ ਵੀ ਜੁਗਤੀ ਦੱਸੋ, ਤੈਨੂੰ ਤਾਂ ਜੀ ਇੱਕੋ ਹੀ ਕਰਮ ਦੱਸਿਆ ਸੇਵਾ ਦਾ, ਵੀ ਸੇਵਾ ਕਰਦਿਆਂ ਕਿਸੇ ਨਾਲ ਲੜਨਾ ਨਹੀਂ ਹੈ, ਗੁੱਸਾ ਨਹੀਂ ਕਰਨਾ, ਸੇਵਾ ਕਰਨੀ ਹੈ ਨਾਲ ਸਿਮਰਨ ਕਰਨਾ, ਹੱਥਾਂ ਕਰਕੇ ਸੇਵਾ ਕਰਨੀ ਹੈ ਤੇ ਜ਼ਬਾਨ ਕਰਕੇ ਸਿਮਰਨ ਕਰਨਾ ਹੈ। ਜੇ ਤੂੰ 40 ਦਿਨ ਪੂਰੇ ਕਰ ਲੈਂਦਾ ਨਾ ਕਿਤੇ ਤੇ ਸੇਵਾ ਨੇ ਤੈਨੂੰ 10 ਦੇਣਾ ਸੀ। ਸੇਵਾ ਤਾਂ ਸਦਾ ਹੀ ਕਰਨੀ ਚਾਹੀਦੀ ਹੈ, ਇਹ ਤਾਂ ਪਰਖਣ ਵਾਸਤੇ ਕਿਹਾ ਸੀ ਮਹਾਰਾਜ ਨੇ ਵੀ 40 ਦਿਨ। ਕਿਤੇ ਕੋਈ ਕਹੇ ਵੀ 40 ਦਿਨ ਹੀ ਕਰਨੀ ਹੈ ਬਾਅਦ 'ਚ ਨਹੀਂ ਕਰਨੀ, ਨਹੀਂ ਸਿੱਖ ਨੇ ਸਦਾ ਹੀ ਕਰਨੀ ਹੈ। ਜਿੰਨਾ ਚਿਰ ਜੀਵਨ ਹੈ ਉਹਨਾਂ ਚਿਰ ਸੇਵਾ ਤੇ ਸਿਮਰਨ ਇਹ ਕਰਮ ਸਦਾ ਹੀ ਕਰਦੇ ਰਹਿਣਾ, ਗੁਰੂ ਤੋਂ ਸਿੱਖਦੇ ਰਹਿਣਾ। ਇਹ ਸਿੱਖ ਹੀ ਤਾਂ ਹੈ ਜੇ ਸਿੱਖਿਆ ਰੋਜ਼ ਸੱਚੇ ਪਾਤਸ਼ਾਹ ਦੀ ਆਪਣੇ ਜੀਵਨ ਤੇ ਧਾਰਨ ਕਰਦਾ ਨਾ, ਇਹਨੂੰ ਤਾਂ ਹੀ ਸਿੱਖ ਕਹਿੰਦੇ। ਇਸ ਕਰਕੇ ਜਿਹੜਾ ਸੇਵਾ ਕਰਦਾ ਵੱਡੇ ਵੱਡੇ ਮਰਾਤਬੇ ਨਵਾਬੀਆਂ
ਤੇ ਗੁਰਤਾ ਗੱਦੀਆਂ ਪ੍ਰਾਪਤ ਹੁੰਦੀਆਂ। ਵੱਡੇ ਵੱਡੇ ਰੋਗ ਨੇ ਜਿਹੜੇ ਉਹ ਸੇਵਾ ਕਰਕੇ ਕੱਟੇ ਜਾਂਦੇ। ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੇ 62 ਸਾਲ ਦੀ ਸੇਵਾ ਚ ਆ ਕੇ ਇੱਕ ਰਿਕਾਰਡ ਪੈਦਾ ਕਰ ਦਿੱਤਾ ਵੀ ਸੇਵਾ ਕਿਸੇ ਉਮਰ ਚ ਵੀ ਕੀਤੀ ਜਾ ਸਕਦੀ ਹੈ, ਸਿਮਰਨ ਕਿਸੇ ਵੀ ਉਮਰ ਚ ਕੀਤਾ ਜਾ ਸਕਦਾ ਹੈ। ਇਹ ਨਹੀਂ ਵੀ ਬਚਪਨ ਲੰਘ ਗਿਆ ਤੇ ਜਵਾਨੀ ਵੀ ਲੰਘ ਗਈ, ਬੁਢੇਪਾ ਆ ਗਿਆ, ਹੁਣ ਅਸੀਂ ਗੁਰੂ ਵਾਲੇ ਨਹੀਂ ਬਣਨਾ। ਕਈਆਂ ਦਾ ਸਵਾਲ ਹੁੰਦਾ ਜੇ ਕਿਸੇ ਬਜ਼ੁਰਗਾਂ ਨੂੰ ਪੁੱਛ ਲਓ, ਬਜ਼ੁਰਗੋ ਵੀ ਬੱਚੇ ਕਹਿੰਦੇ ਨੇ ਅਸੀਂ ਅਜੇ ਬੱਚੇ ਹਾਂ, ਸਾਡੇ ਤੋਂ ਰਹਿਤ ਰੱਖੀ ਨਹੀਂ ਜਾਣੀ। ਇਹ ਵੀ ਸਾਡੀ ਇੱਕ ਅਗਿਆਨਤਾ ਹੈ, ਰਹਿਤ ਨੇ ਸਾਨੂੰ ਰੱਖਣਾ, ਅਸੀਂ ਰਹਿਤ ਨਹੀਂ ਰੱਖਣੀ ਹੈ। ਰਹਿਤ ਨੇ ਸਾਨੂੰ ਵਿਕਾਰਾਂ ਤੋਂ ਰੱਖ ਲੈਣਾ, ਮਾੜੇ ਕੰਮਾਂ ਤੋਂ ਸਾਨੂੰ ਬਚਾਉਣਾ ਰਹਿਤ ਨੇ। ਰਹਿਤ ਨੇ ਸਾਡਾ ਜੀਵਨ ਸਫਲਾ ਕਰ ਦੇਣਾ। ਗੁਰੂ ਨੇ ਕਿਰਪਾ ਕਰਨੀ, ਜਦੋਂ ਦ੍ਰਿੜ ਨਿਸ਼ਚਾ ਹੋਵੇ ਫਿਰ ਰਹਿਤ ਸਾਨੂੰ ਵਿਕਾਰਾਂ ਤੋਂ ਰੱਖ ਲੈਂਦੀ। ਉਹ ਕਹਿੰਦੇ ਅਸੀਂ ਇਹਦੇ ਬੱਚੇ ਹਾਂ ਤੇ ਜਿਹੜੇ ਜਵਾਨ ਨੇ, ਜੇ ਇਹਨਾਂ ਨੂੰ ਬੇਨਤੀ ਕਰੀਏ ਭਾਈ ਤੁਸੀਂ ਅੰਮ੍ਰਿਤ ਛਕ ਲਓ, ਤੁਸੀਂ ਤਾਂ ਨਹੀਂ ਬੱਚੇ ਹੋ, ਤੁਸੀਂ ਤਾਂ ਪੜ੍ਹੇ ਲਿਖੇ ਹੋ, ਤੁਹਾਨੂੰ ਤਾਂ ਸੋਝੀ ਹੈ ਸਾਰੀ, ਇਤਿਹਾਸ ਪੜ੍ਹਦੇ ਹੋ, ਗੱਲਾਂ ਵੀ ਬੜੀਆਂ ਕਰਦੇ ਹੋ, ਚਾਰ ਕਿਤਾਬਾਂ ਪੜ੍ਹ ਕੇ ਤੁਹਾਨੂੰ ਪਤਾ ਵੀ ਨਗੁਰੇ ਦੀ ਜ਼ਿੰਦਗੀ ਹੈ ਜਿਹੜੀ, ਮਹਾਰਾਜ ਕਹਿੰਦੇ ਉਹਦਾ ਤਾਂ ਨਾਮ ਲੈਣਾ ਵੀ ਮਾੜਾ ਹੈ। ਸਤਿਗੁਰ ਬਾਜੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ ਬੁਰਾ। ਮਹਾਰਾਜ ਕਹਿੰਦੇ ਉਹਦਾ ਤਾਂ ਨਾਮ ਲੈਣਾ ਵੀ ਮਾੜਾ ਹੈ ਜਵਾਨ ਤੋਂ, ਤੇ ਜਿਹੜਾ ਗੁਰਮੰਤਰ ਤੋਂ ਹੀਣਾ ਪੁਰਸ਼ ਹੈ ਉਹਨੂੰ ਇਹ ਦੁਨੀਆਂ 'ਚ ਜਾਣਾ ਪੈਂਦਾ। ਗੁਰਮੰਤਰ ਹੀਨਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨਾ। ਮਹਾਰਾਜ ਕਹਿੰਦੇ ਭ੍ਰਸ਼ਟਿਆ ਹੋਇਆ ਜੀਵਨ ਹੈ ਉਹਦਾ, ਕੁਕਰ ਹੈ, ਸੂਕਰ ਹੈ, ਇਹੋ ਜਿਹੀ ਦੁਨੀਆਂ, ਸਰਪਣ ਹੈ, ਤੁਲਖਲ ਹੈ। ਮਹਾਰਾਜ ਕਹਿੰਦੇ ਇਹੋ ਜਿਹੀਆਂ ਦੁਨੀਆਂ ਕਿਹਨਾਂ ਨੂੰ ਮਿਲਣਗੀਆਂ ਜਿਹੜੇ ਨਗੁਰੇ ਨੇ, ਗੁਰੂ ਨਹੀਂ ਧਾਰਨ ਕੀਤਾ। ਤੇ ਅੱਗੋਂ ਜਵਾਬ ਮਿਲਦਾ ਮਨ ਸਾਫ ਹੋਣਾ ਚਾਹੀਦਾ ਹੈ, ਅਮਰ ਦੀ ਕੀ ਲੋੜ ਹੈ। ਇਹਦਾ ਮਤਲਬ ਦਸਵੇਂ ਪਾਤਸ਼ਾਹ ਮਹਾਰਾਜ ਦਾ ਮਨ ਨਹੀਂ ਸਾਫ ਹੋਣਾ। ਜੋ ਇੰਨਾ ਕੁ ਜਾਣ ਦਿੰਦੇ ਨਾ ਵੀ ਸਿੱਖੀ ਅੰਦਰ ਹੁੰਦੀ ਹੈ ਬਾਹਰ ਥੋੜਾ ਹੁੰਦੀ ਹੈ, ਫਿਰ ਉਹਨਾਂ ਨੂੰ ਤਾਂ ਸਾਰਾ ਕੁਛ ਮਿਲਦਾ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣੇ ਗਏ, ਬੜੇ ਲਾਲਚ ਦਿੱਤੇ ਉਹਨਾਂ ਨੂੰ, ਤੁਸੀਂ ਰਹਿਤ ਛੱਡ ਦਿਓ, ਆਪਣੀ ਮਰਜ਼ਾਦਾ ਛੱਡ ਦਿਓ। ਤੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਸੀ ਵੀ ਸਿੱਖੀ ਅੰਦਰ ਹੁੰਦੀ ਹੈ ਤੇ ਅਸੀਂ ਬਾਹਰੋਂ ਚਿੰਨ ਜੇ ਕਰਕੇ ਫਿਰ ਕੀ ਕਰ ਲਾਂਗੇ, ਫਿਰ ਉਹਨਾਂ ਲੈ ਲੈਣੇ ਸੀ। ਪਰ ਨਹੀਂ, ਉਹਨਾਂ ਨੇ ਮੰਨਿਆ ਨਹੀਂ ਹੈ। ਜਿਹੜੀ ਮਰਜ਼ਾਦਾ ਉਹ ਸਾਰਿਆਂ ਵਾਸਤੇ ਹੈ, ਇੰਨੇ ਕਹਿਣ ਨਾਲ ਸਰ ਨਹੀਂ ਜਾਣਾ ਸਿੱਖੀ ਅੰਦਰ। ਸ਼ਾਮ ਨੂੰ ਸ਼ਰਾਬ ਦੀ ਬੋਤਲ ਪੀਣਾ
ਤੇ ਸਵੇਰੇ ਉੱਠ ਕੇ ਗੁਰਦੁਆਰੇ ਜਾ ਕੇ ਸਿੱਖੀ ਅੰਦਰ ਹੈ, ਕਿੰਨੇ ਵੇਖੀ ਵੀ ਤੇਰੀ ਸਿੱਖੀ ਅੰਦਰ। ਇਹ ਚੀਜ਼ਾਂ ਹੁੰਦੀਆਂ ਫਿਰ ਵੱਡੇ ਵੱਡੇ ਸਿੱਖਾਂ ਨੂੰ ਗੁਰੂਆਂ ਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ ਸੀ ਪੈਣੀ, ਫਿਰ ਮਹਾਰਾਜ ਨੂੰ ਆਪ ਹੱਥ ਜੋੜਨ ਦੀ ਲੋੜ ਨਹੀਂ ਸੀ ਪੈਣੀ ਪੰਜਾਂ ਪਿਆਰਿਆਂ ਅੱਗੇ। ਨਹੀਂ ਸੀ ਕਹਿਣਾ ਪੈਣਾ ਵੀ ਮੈਨੂੰ ਵੀ ਅੰਮ੍ਰਿਤ ਛਕਾਓ, ਮੈਨੂੰ ਵੀ ਸਿੰਘ ਬਣਾਓ, ਜੇ ਲੋੜ ਨਾ ਹੁੰਦੀ। ਇਸ ਕਰਕੇ ਜੇ ਇਹਨਾਂ ਨੂੰ ਬੇਨਤੀ ਕਰੋ, ਇਹ ਅੱਗੇ ਜਵਾਬ ਦਿੰਦੇ ਨੇ, ਖਾਣ ਪੀਣ ਦੀ ਉਮਰ ਹੈ, ਛਕ ਲਾਂਗੇ ਅੰਮ੍ਰਿਤ। ਜਿਵੇਂ ਗਰੰਟੀ ਕਾਰਡ ਲੈ ਕੇ ਆਏ ਹੁੰਦੇ ਨੇ ਧਰਮਰਾਜ, ਇਹ ਤੋਂ ਵੀ ਬੁੱਢੇ ਹੋ ਕੇ ਮਰਨਾ, ਅਜੇ ਤਾਂ ਅਸੀਂ ਜਵਾਨ ਆ। ਗੁਰਮੁਖੋ ਪਤਾ ਕੋਈ ਨੀ ਕਦੋਂ ਕਿਸੇ ਦਾ ਬੁਲਾਵਾ ਆ ਜਾਣਾ, ਜਿਹਨੇ ਭੇਜਿਆ ਨਾ ਕੋਈ ਪਤਾ ਨੀ ਕਦੋਂ ਉਹਦਾ ਬੁਲਾਵਾ ਆ ਜਾਣਾ। ਜਿਹਨ ਤੁਮ ਭੇਜੇ ਤਿੰਨਹਿ ਬੁਲਾਏ ਸੁਖ ਸਹਿਜ ਸੇਤੀ ਕਰਾਵੇ। ਕੋਈ ਪਤਾ ਨੀ ਬਚਪਨ ਚ ਆ ਜਾਂਦਾ ਕਈਆਂ ਨੂੰ, ਕੱਖ ਵੀ ਨੀ ਦੇਖਿਆ ਹੁੰਦਾ ਉਹਨਾਂ ਨੂੰ, ਤੇ ਕਈ ਘਰੋਂ ਜਵਾਨ ਜਾਂਦੇ ਹੈ ਪਰ ਮੁੜ ਕੇ ਸ਼ਾਮ ਨੂੰ ਆਉਂਦੇ ਹੀ ਨਹੀਂ ਹਨ, ਤੇ ਬੁਢੇਪੇ ਤੋਂ ਬਾਅਦ ਤਾਂ ਜਾਣਾ ਹੀ ਹੈ ਸਾਰੇ। ਉਹ ਕਹਿੰਦੇ ਖਾਣ ਪੀਣ ਦੀ ਉਮਰ ਹੈ, ਕਿਹੜੀ ਚੀਜ਼ ਖਾਣ ਦੀ ਹੈ ਬਈ? ਅੱਜ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਇਹਨਾਂ ਨੂੰ ਪੁੱਛ ਕੇ ਦੇਖੋ ਵੀ ਗਲੇ ਦਾ ਆਪਰੇਸ਼ਨ ਹੈ ਤੁਹਾਡਾ, ਤੁਸੀਂ ਨਹੀਂ ਖਾਂਦੇ ਪੀਂਦੇ ਕੁਛ? ਖਾਂਦੇ ਪੀਂਦੇ ਨੇ ਸਾਰਾ ਕੁਛ ਜੋ ਸਾਨੂੰ ਗੁਰੂ ਨੇ ਦੱਸਿਆ। 36 ਤਰ੍ਹਾਂ ਦੇ ਪਦਾਰਥ ਨੇ ਸਾਡੇ ਵਾਸਤੇ ਸਾਹਿਬ ਨੇ ਬਣਾਏ, ਉਹ ਸਾਰੇ ਛਕਦੇ ਆ। ਪਰ ਜਿਹੜੀਆਂ ਚੀਜ਼ਾਂ ਮਨਾਹੀ ਕੀਤੀ ਹੈ ਸੱਚੇ ਪਾਤਸ਼ਾਹ ਨੇ, ਬਸ ਉਹ ਨਹੀਂ ਛਕਦੇ। ਤੇ ਉਹਨਾਂ ਨੂੰ ਦੇਖ ਕੇ ਇਹ ਕਹਿੰਦੇ ਨੇ ਅਜੇ ਖਾਣ ਪੀਣ ਦਾ ਟਾਈਮ ਹੈ, ਤੇ ਜਿਹਦੇ ਬਦਲੇ ਕਹਿੰਦੇ ਆ ਨਾ ਇਹ, ਉਹਨਾਂ ਨੂੰ ਕੂਕਰ ਨਹੀਂ ਪਸੰਦ ਕਰਦੇ। ਜਿਹੜੀ ਸ਼ਰਾਬ ਦੇ ਬਦਲੇ ਸਮਝਦੇ ਆ ਨਾ ਵੀ ਇਹ ਖਾਣ ਪੀਣ ਵਾਲੀ ਚੀਜ਼ ਹੈ, ਮਹਾਰਾਜ ਕਹਿੰਦੇ ਕੁੱਕਰ ਅੱਗੇ ਰੱਖ ਲਏ, ਰੱਖ ਕੇ ਦੇਖਿਓ ਪਸੰਦ ਹੀ ਨਹੀਂ ਕਰਦਾ, ਪੀਂਦਾ ਨਹੀਂ ਹੈ ਕੁੱਕਰ। ਇਹ ਬੜੇ ਸਿਆਣੇ ਹੋ ਗਏ, ਕਹਿੰਦੇ ਉਹਨੂੰ ਕਿਹੜਾ ਪਤਾ ਵੀ ਸ਼ਰਾਬ ਹੈ, ਪਤਾ ਉਹਨੂੰ ਸਾਰਾ, ਉਹਦੇ ਅੱਗੇ ਦੁੱਧ ਰੱਖ ਕੇ ਦੇਖਿਓ ਜਦ ਹੀ ਪੀਣ ਲੱਗ ਜਾਂਦਾ। ਤੁਹਾਡੇ ਨਾਲ ਚੰਗਾ ਕਿ ਫਿਰ ਮਾੜਾ, ਉਹਦੇ ਚ ਤਾਂ ਗੁਣ ਹੈ ਨਹੀਂ, ਉਹ ਨਹੀਂ ਪੀਂਦਾ। ਇੱਕ ਮਨੁੱਖ ਇਹੋ ਜੀ ਚੀਜ਼ ਹੈ ਜਿਹੜੀ ਵਸਤੂ ਕੋਈ ਵੀ ਨਹੀਂ ਨਾ ਖਾਂਦਾ, ਉਹ ਮਨੁੱਖ ਖਾਂਦਾ। ਆ ਤੰਬਾਕੂ ਹੈ ਜਿਹੜਾ ਕੋਈ ਜੂਨੀ ਨਹੀਂ ਖਾਂਦੀ, ਨਾ ਡੰਗਰ ਖਾਂਦੇ ਨੇ, ਨਾ ਇਹ ਪੰਛੀ ਖਾਂਦੇ ਨੇ, ਪਰ ਏਡਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਬੜਾ ਮਨੁੱਖਾ ਜਨਮ ਮਿਲਿਆ, ਉਹ ਵੀ ਨਹੀਂ ਛੱਡਦਾ, ਉਹ ਵੀ ਖਾਈ ਪੀ ਜਾਂਦਾ, ਤੇ ਆਪਣੇ ਆਪ ਨੂੰ ਬੰਦਾ ਸਮਝਦਾ ਵੀ ਮੈਂ ਬੰਦਾ। ਮਹਾਰਾਜ ਕਹਿੰਦੇ ਬੰਦੇ ਵਾਲੇ ਗੁਣ ਕਰਕੇ ਬੰਦਾ ਕਹਿੰਦੇ ਆ ਤੈਨੂੰ, ਜੇ ਗੁਣ ਨਾ ਹੋਵੇ ਤੇ ਫਿਰ ਡੰਗਰਾਂ ਨਾਲੋਂ ਭੈੜਾ। ਬੰਦਗੀ ਕਰਕੇ ਬੰਦਾ ਕਹਿੰਦੇ ਆ ਤੈਨੂੰ, ਬਾਕੀ ਗੁਣ ਤੇ ਸਾਰੇ ਤੇਰੇ ਮਿਲਦੇ ਹੀ ਆ ਡੰਗਰਾਂ ਨਾਲ, ਖਾਂਦੇ ਪੀਂਦੇ ਉਹ ਵੀ ਨੇ, ਤੂੰ ਵੀ ਖਾਂਦਾ ਪੀਂਦਾ, ਮੋਹ ਪਿਆਰ ਉਹ ਵੀ ਕਰਦੇ ਨੇ, ਤੂੰ ਵੀ ਕਰਦਾ, ਲੜਦੇ ਝਗੜਦੇ ਉਹ ਵੀ ਨੇ, ਤੂੰ ਵੀ ਲੜਦਾ ਝਗੜਦਾ, ਫਿਰ ਵਾਧਾ ਕਿਹੜੀ ਗੱਲ ਦਾ ਤੇਰੇ ਚ? ਤੈਨੂੰ ਸਰਦਾਰ ਕਿਉਂ ਕਹਿੰਦੇ ਨੇ? ਤੇਰਾ ਮਹਾਰਾਜ ਤਾਂ ਕਹਿੰਦੇ ਤੇਰੀ ਸਰਦਾਰੀ ਹੈ ਇਸ ਧਰਤੀ ਤੇ, ਇਸ ਧਰਤੀ ਪਰ ਤੇਰੀ ਸਿਕਦਾਰੀ, ਅਵਰ ਜੂਣ ਤੇਰੀ ਪਨਹਾਰੀ।
ਜਿੰਨੀਆਂ ਵੀ ਜੂਨਾਂ ਨੇ ਸਾਰੀਆਂ ਤੇਰੀਆਂ ਪਾਣੀ ਹਾਰ ਨੇ, ਤੇਰੇ ਅਧੀਨ ਨੇ ਸਾਰੀਆਂ। ਤੇ ਕਿਸੇ ਵੀ ਜੂਨ ਨੂੰ ਆਪਾਂ ਇਹ ਨਹੀਂ ਕਹਿੰਦੇ, ਜਿਹੜਾ ਡੰਗਰ ਹੈ ਨਾ, ਆਪਾਂ ਕਦੇ ਉਹਨੂੰ ਕਿਹਾ ਵੀ ਜਾਂ ਤਾਂ ਸਿੱਧਾ ਹੋ ਕੇ ਚੱਲ ਪੈ, ਨਹੀਂ ਤੇ ਤੈਨੂੰ ਡੰਗਰ ਬਣਾ ਦਾਂਗੇ, ਕਿਹਾ ਕਦੇ? ਕਦੇ ਨਹੀਂ ਕਹਿੰਦੇ। ਇੱਕ ਬੰਦੇ ਨੂੰ ਕਹਿਣਾ ਪੈਂਦਾ ਵੀ ਜਾਂ ਤੇ ਸਿੱਧਾ ਹੋ ਕੇ ਚੱਲ ਪੈ, ਨਹੀਂ ਤੇ ਫਿਰ ਬੰਦਾ ਬਣਾਉਣਾ ਹੁੰਦਾ। ਇਹਦਾ ਮਤਲਬ ਬੰਦਾ ਹੈ ਨਹੀਂ ਹੈ, ਇਹ ਬੰਦਾ ਉਦਣ ਬਣੇਗਾ ਜਦੋਂ ਬੰਦਿਆਂ ਵਾਲਾ ਗੁਣ ਆਏਗਾ ਇਹਦੇ ਚ। ਬੰਦੇ ਬੰਦਗੀ ਇੱਕ ਤਿਆਰ ਕਰ, ਬੰਦੇ ਤੋਂ ਬੰਦਗੀ ਜਿੱਚਰ ਘੱਟ ਮੈਂ ਸਾਹੋ, ਜਿੰਨਾ ਚਿਰ ਤੇਰਾ ਸਾਹ ਚੱਲਦਾ ਤੂੰ ਬੰਦਗੀ ਕਰਿਆ ਕਰ। ਤੇਰਾ ਬੰਦਾ ਹੋਣ ਦਾ ਅਸਲ ਗੁਣ ਇਹੀ ਹੈ ਬਸ, ਤੂੰ ਆਇਆ ਇਸੇ ਵਾਸਤੇ। ਆਵਣ ਕਹੋ ਏਕੈ ਕੋ ਆਇਆ, ਜਨਮਤ ਮੋਹਿਓ ਮੋਹਣੀ ਮਾਇਆ। ਬਾਣੀ ਵਿੱਚ ਤਾਂ ਕਹਿੰਦੇ ਤੂੰ ਆਇਆ ਹੀ ਇਸੇ ਵਾਸਤੇ, ਤੇਰਾ ਤਾਂ ਜਨਮ ਹੀ ਇਸੇ ਵਾਸਤੇ ਹੋਇਆ, ਨਾਮ ਜਪਣ ਵਾਸਤੇ। ਪਰ ਜਦੋਂ ਦੁਨੀਆਂ ਤੇ ਆਇਆ, ਮਾਇਆ ਨੇ ਗਲਵਾ ਪਾ ਲਿਆ, ਸੱਚੇ ਪਾਤਸ਼ਾਹ ਫਿਰ ਬਾਣੀ ਵਿੱਚ ਫਰਮਾਨ ਕਰਦੇ ਆ, ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ, ਨਾਮ ਦੇ ਜਪਣ ਜਗ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਆਵਣ ਕਹੋ ਏਕੈ ਕੋ ਆਇਆ, ਜਨਮਤ ਮੋਹਿਓ ਮੋਹਣੀ ਮਾਇਆ। ਆਇਆ ਤਾਂ ਨਾਮ ਜਪਣ ਵਾਸਤੇ ਸੀ, ਪਰ ਜਦੋਂ ਮਾਤਾ ਦੇ ਗਰਭ ਚੋਂ ਜਨਮ ਹੋਇਆ ਨਾ, ਲਿਵ ਟੁੱਟ ਗਈ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਹੜੀ ਜੁੜੀ ਹੋਈ ਸੀ ਨਾ ਸੁਰਤ ਨਾਮ ਨਾਲ, ਜਨਮ ਹੁੰਦਿਆਂ ਸਾਰ ਟੁੱਟ ਕੇ ਤ੍ਰਿਸ਼ਨਾ ਨੇ ਗਲਵਾ ਪਾ ਲਿਆ। ਫਿਰ ਜਿਉਂ ਜਿਉਂ ਵੱਡਾ ਹੁੰਦਾ ਚਲਾ ਗਿਆ, ਤ੍ਰਿਸ਼ਨਾ ਵੀ ਵੱਡੀ ਹੁੰਦੀ ਚਲੀ ਗਈ। ਪਹਿਲਾਂ ਥੋੜੀਆਂ ਤ੍ਰਿਸ਼ਨਾ ਸੀ, ਫਿਰ ਵੱਡੀਆਂ ਹੋ ਗਈਆਂ।
ਆਪਾਂ ਕਈ ਵਾਰੀ ਕਹਿੰਦੇ ਹਾਂ ਬਜ਼ੁਰਗ ਹੋ ਗਏ, ਇਹਦੀਆਂ ਤ੍ਰਿਸ਼ਨਾ ਤਾਂ ਖਤਮ ਹੋ ਗਈਆਂ ਹੋਣੀਆਂ, ਪਰ ਇਹ ਘਟਦੀਆਂ ਨਹੀਂ ਹੁੰਦੀਆਂ, ਇਹ ਸਗੋਂ ਹੋਰ ਵੱਧ ਜਾਂਦੀਆਂ। ਨਾ ਵਿਸ਼ੇ ਘਟਦੇ ਨੇ, ਨਾ ਤ੍ਰਿਸ਼ਨਾ ਘਟਦੀ ਹੈ। ਮਹਾਰਾਜ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ, ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰ ਪਰੈ ਹੀ ਕੋ ਲੂਝੀ ਹੈ। ਜਦੋਂ ਤੋਂ ਜਨਮ ਲਿਆ ਬਸ ਇਹੀ ਸੋਚਦਾ ਹੁੰਦਾ ਵੀ ਇੰਨੀ ਮਾਇਆ ਹੋ ਜਾਏ ਮੇਰੇ ਨਾਲ, ਦੁਨੀਆਂ ਦੀ ਕੋਈ ਵੀ ਸ਼ਕਤੀ ਰੀਸ ਨਾ ਕਰ ਸਕੇ, ਜਿੰਨਾ ਮੈਂ ਤਕੜਾ ਹੋਵਾਂ ਦੁਨੀਆਂ 'ਤੇ ਹੋਵੇ। ਅਤੇ ਜਿਹੜੇ ਏਡੇ ਏਡੇ ਤਕੜੇ ਨੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਉਹਨਾਂ ਦੀ ਤ੍ਰਿਸ਼ਨਾ ਬੁੱਝ ਗਈ। ਮਹਾਰਾਜ ਕਹਿੰਦੇ ਜੇ ਪੁਰੀਆਂ ਸੱਤ ਪੁਰੀਆਂ ਨੇ ਤੇ ਸੱਤਾਂ ਪੁਰੀਆਂ ਦਾ ਭਾਰ ਕਿਸੇ ਨੂੰ ਬੰਨ ਕੇ ਦੇ ਦਿਓ ਤੇ ਪੁੱਛੋ ਵੀ ਹੋਰ ਤਾਂ ਨਹੀਂ ਚਾਹੀਦਾ ਹੁਣ, ਉਹ ਕਹੇਗਾ ਨਹੀਂ ਅਜੇ ਗੱਲ ਬਣੀ ਨਹੀਂ, ਜੇ ਕੁਛ ਹੋਰ ਵੀ ਹੈ ਉਹ ਵੀ ਦੇ ਦਿਓ ਮੈਨੂੰ। ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇਹ ਤ੍ਰਿਸ਼ਨਾ ਦਾ ਖੂਹ ਹੀ ਐਸਾ ਜਿਹੜਾ ਭਰਦਾ ਨਹੀਂ ਹੈ ਕਦੇ, ਜਿੰਨੇ ਆਈ ਜਾਂਦੇ ਨੇ ਅੱਗੇ ਵਧੀ ਜਾਂਦੇ। ਜਦੋਂ ਸੌ ਨਹੀਂ ਸੀ ਹੁੰਦਾ ਤਰਲੇ ਕਰਦਾ ਸੀ, ਮਹਾਰਾਜ ਸੌ ਰੁਪਈਆ ਜੇਬ 'ਚ ਰਵੇ ਨਾ, ਦੇਣਾ ਕਿਸੇ ਦਾ ਨਾ ਹੋਵੇ, ਬਸ ਇੰਨਾ ਕੋਈ ਚਾਹੀਦਾ, ਹੋਰ ਕੱਖ ਨਹੀਂ ਹੋਣਾ ਚਾਹੀਦਾ। ਮਹਾਰਾਜ ਨੇ ਦੇ ਦਿੱਤਾ, ਚੱਲ ਕੋਈ ਗੱਲ ਨਹੀਂ ਲੈ ਲੈ ਫਿਰ। ਜਦ ਸੌ ਆ ਗਿਆ ਫਿਰ ਹਜ਼ਾਰ ਦੀ ਤਾਂਘ ਸ਼ੁਰੂ ਹੋ ਗਈ ਵੀ ਨਹੀਂ ਸੌ ਨਾਲ ਨਹੀਂ ਸਰਦਾ, ਹੋਰ ਵੀ ਬੜੇ ਕੰਮ ਨੇ, ਹਜ਼ਾਰ ਕੁ ਚਾਹੀਦਾ। ਮਹਾਰਾਜ ਨੇ ਕਿਹਾ ਚੱਲ ਹਜ਼ਾਰ ਲੈ ਲੈ, ਫਿਰ ਲੱਖ 'ਤੇ ਆ ਗਿਆ ਕੰਮ। ਲੱਖ ਵਾਲਾ ਕਹਿੰਦਾ ਕਰੋੜ ਚਾਹੀਦਾ, ਕਰੋੜ ਵਾਲਾ ਕੁਛ ਹੋਰ ਮੂੰਹ ਟੱਟਦਾ ਹੋਣਾ, ਕਿਉਂਕਿ ਖਤਮ ਨਹੀਂ ਹੁੰਦੀ ਹੈ, ਵੱਧਦੀ ਚਲੀ ਜਾਂਦੀ ਹੈ। ਅਤੇ ਜਿੰਨੇ ਜਿੰਨੇ ਪਦਾਰਥ ਨੇ ਉਹਨਾਂ ਉਹਨਾਂ ਦੁਖੀ ਜ਼ਿਆਦਾ ਇਹ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਪਰਮੰਤਾ। ਜਿਹਦੇ ਕੋਲ ਹੈ ਨਹੀਂ ਉਹ ਤਾਂ ਤੜਫੀ ਜਾਂਦਾ ਹੈ, ਅਤੇ ਜਿਹਦੇ ਕੋਲ ਜ਼ਿਆਦੀ ਹੈ ਉਹਨੂੰ ਚਿੰਤਾ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਆ ਜਿੰਨੇ ਵੱਡੇ ਵੱਡੇ ਦੇਖਦੇ ਨੇ ਚਿੰਤਾ ਦੇ ਗ੍ਰਸੇ ਹੋਏ ਲੋਕ ਨੇ, ਤੁਸੀਂ ਤਾਂ ਸ਼ਾਮ ਨੂੰ ਰੋਟੀ ਖਾ ਕੇ ਆਰਾਮ ਨਾਲ ਸੌ ਜਾਂਦੇ ਹੋਵੋਗੇ, ਇਹਨਾਂ ਨੂੰ ਟੀਕੇ ਲਾ ਲਾ ਕੇ ਸਵਾਉਂਦੇ ਨੇ ਡਾਕਟਰ, ਨੀਂਦ ਨਹੀਂ ਆਉਂਦੀ ਹੈ। ਵੱਡੇ ਵੱਡੇ ਜੋ ਦੀਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ? ਮਾਇਆ ਵੱਡਿਆਈ। ਪਹਿਲਾਂ ਸਵਾਲ ਕੀਤਾ ਫਿਰ ਜਵਾਬ ਦਿੱਤਾ ਅਗਲੀ ਪੰਕਤੀ 'ਚ। ਮਹਾਰਾਜ ਕਹਿੰਦੇ ਨਹੀਂ, ਸੋ ਵੱਡਾ ਜਿਨ ਰਾਮ ਲਿਵ ਲਾਏ। ਵੱਡਾ ਤਾਂ ਉਹ ਹੈ ਜਿਹਦਾ ਮਨ ਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ, ਗੁਰੂ ਨਾਲ ਜੁੜਿਆ, ਸੇਵਾ ਨਾਲ ਜੁੜਿਆ, ਸਿਮਰਨ ਨਾਲ ਜੁੜਿਆ, ਉਹ ਵੱਡਾ ਦੁਨੀਆ। ਤੀਸਰੇ ਪਾਤਸ਼ਾਹ ਮਹਾਰਾਜ ਜੋਤ ਜਗਾਉਂਦੇ ਹੈ, ਸੇਵਾ ਦੇ ਪੁੰਜ ਨੇ, ਸੇਵਾ ਦੀ ਅਹੁਦੀ ਹੈ ਜਿਨ੍ਹਾਂ ਕੋਲ। ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਸੇਵਾ ਦੀ ਅਹੁਦੀ ਨੇ, ਅਤੇ ਗੁਰੂ ਅਮਰਦਾਸ ਮਹਾਰਾਜ, ਇੰਨੀ ਉਮਰ ਦੇ ਵਿੱਚ ਤਾਂ ਕੋਈ ਬਾਹਰ ਨਹੀਂ ਨਿਕਲਦਾ ਹੈ, ਅਤੇ 62 ਸਾਲ ਦੀ ਉਮਰ ਦੇ ਵਿੱਚ ਦਿਨ ਰਾਤ ਇੱਕ ਕਰ ਦਿੱਤੀ ਸੇਵਾ। ਤੇ ਜਦੋਂ ਗੁਰਤਾ ਗੱਦੀ ਪ੍ਰਾਪਤ ਹੋਈ ਫਿਰ 12 ਵਰ ਪ੍ਰਾਪਤ ਹੋਏ,
ਉਹਨਾਂ ਦੇ ਚਰਨਾਂ ਵਿੱਚ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ। ਇੱਕ ਦਿਨ ਲਾਹੌਰ ਤੋਂ ਸੇਠ ਮਹਿੰਗਾ ਮੱਲ ਸੇਠ ਆਇਆ, ਕਿਸੇ ਕਾਰਨ ਕਰਕੇ ਸਰੀਰ ਨੂੰ ਕੋਈ ਰੋਗ ਲੱਗ ਗਿਆ, ਠੀਕ ਨਾ ਹੋਇਆ ਤੇ ਲਾਹੌਰ ਸ਼ਹਿਰ ਦੇ ਵਿੱਚ ਇੱਕ ਮਾਤਾ ਰਹਿੰਦੀ ਸੀ ਜਿਹਨੂੰ ਸੱਚੇ ਪਾਤਸ਼ਾਹ ਨੇ ਪੀੜੀ ਦਿੱਤੀ ਸਿੱਖੀ ਦੀ, 72 ਪੀੜੇ ਮਾਈਆਂ ਨੂੰ ਦਿੱਤੇ ਸਨ ਤੇ 22 ਮੰਜੀਆਂ ਸਿੱਖਾਂ ਨੂੰ, ਗੁਰੂ ਦੀ ਸੇਵਾ ਤੇ ਸਿਮਰਨ ਦਾ ਉਪਦੇਸ਼ ਦੇਣ ਵਾਸਤੇ। ਉਹਨਾਂ ਵਿੱਚੋਂ ਇੱਕ ਲਾਹੌਰ ਰਹਿੰਦੀ ਹੈ ਮਾਈ, ਜਿਹਦੇ ਤੇ ਸਾਹਿਬ ਦੀ ਬੜੀ ਕਿਰਪਾ ਹੈ, ਜੋ ਮਖਾਰ ਬਿੰਦ ਤੋਂ ਕਹਿ ਦਿੰਦੀ ਹੈ ਮਾਤਾ ਉਹ ਪੂਰਾ ਹੋ ਜਾਂਦਾ ਹੈ। ਕਿਸੇ ਨੇ ਦੱਸਿਆ ਤੂੰ ਉਹਦੇ ਕੋਲ ਚਲਾ ਜਾ, ਜੋ ਕਹੇਗੀ ਉਹ ਕਰੀ, ਤੇਰਾ ਸਰੀਰ 9x9 ਹੋ ਜਾਏਗਾ। ਜਦੋਂ ਦਵਾਈ ਕੰਮ ਨਾ ਕਰੇ ਫਿਰ ਦਵਾ ਕੰਮ ਕਰਦੀ ਹੈ, ਜਦੋਂ ਸਾਰੇ ਆਸਰੇ ਟੁੱਟ ਜਾਣ ਫਿਰ ਗੁਰੂ ਨਾਨਕ ਸਾਹਿਬ ਦੇ ਘਰ ਦਾ ਆਸਰਾ ਰਹਿ ਜਾਂਦਾ। ਜਿਹੜਾ ਮਨ ਕਰਕੇ ਆ ਜਾਂਦਾ ਫਿਰ ਪ੍ਰੇਮੇ ਕੋੜੇ ਵਰਗੇ ਵੀ ਸਿੱਖੀ ਦੇ ਪ੍ਰਚਾਰਕ ਬਣ ਜਾਂਦੇ ਜਿਹੜੇ ਮਨ ਕਰਕੇ ਆ ਜਾਂਦੇ। ਇਹ ਮਾਤਾ ਕੋਲ ਗਿਆ, ਬੇਨਤੀ ਕੀਤੀ, ਮਾਤਾ ਕਿਰਪਾ ਕਰ ਮੇਰੇ ਤੇ, ਸਰੀਰ ਨਹੀਂ ਠੀਕ ਮੇਰਾ, ਮਾਇਆ ਬੜੀ ਹੈ ਪਰ ਕੰਮ ਨਹੀਂ ਕਿਸੇ ਆਈ। ਉਹ ਕਹਿੰਦੀ ਜੇ ਕਿਰਪਾ ਕਰਾਉਣੀ ਹੈ ਫਿਰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਜਾ, ਮੈਂ ਤਾਂ ਉਹਨਾਂ ਦਾ ਇੱਕ ਨਤਾਣਾ ਜਿਹਾ ਛੋਟਾ ਜਿਹਾ ਸੇਵਕ ਹਾਂ, ਜੇ ਕਿਰਪਾ ਕਰਾਉਣੀ ਉਹਨਾਂ ਦੇ ਚਰਨਾਂ 'ਚ। ਆ ਗਿਆ, ਦੇਖਦਾ ਵੱਡੇ ਵੱਡੇ ਅਮੀਰਾਂ ਦੇ ਲੜਕੇ ਲੜਕੀਆਂ ਝਾੜੂ ਮਾਰਦੀਆਂ ਨੇ, ਭਾਂਡੇ ਮਾਂਜਦੀਆਂ ਨੇ, ਸੇਵਾ ਕਰਦੇ ਹੈ, ਦੇਖ ਦੇਖ ਕੇ ਬੜਾ ਹੈਰਾਨ ਹੁੰਦਾ, ਇਹ ਤਾਂ ਬੜਾ ਵੱਡਾ ਸ਼ਾਹੂਕਾਰ ਹੈ ਜਿਹੜਾ ਸੰਗਤਾਂ ਦੇ ਜੋੜੇ ਸਾਫ ਕਰ ਰਿਹਾ। ਬਿਲਕੁਲ ਵੀ ਮਾਣ ਨਹੀਂ ਹੈ ਮਨ 'ਚ, ਹੁਣ ਸੇਵਾ ਵੀ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲ ਨਾਲ ਨਾਮ ਜਪਦਾ ਹੈ। ਤੇ ਮਹਾਰਾਜ ਕਹਿੰਦੇ ਸਾਰੀਆਂ ਰੋਗਾਂ ਦੀ ਇੱਕੋ ਹੀ ਦਵਾਈ ਹੈ, ਸਰਵ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਅਜੇ ਪੁੱਛਿਆ ਨਹੀਂ ਗੁਰੂ ਤੋਂ, ਪਰ ਸੰਗਤਾਂ ਨੂੰ ਦੇ ਦੇ ਕੇ ਨਾਲੇ ਸੇਵਾ ਕਰਦਾ ਨਾਲੇ ਸਿਮਰਨ। ਤਨ ਦਾ ਰੋਗ ਸੀ ਇਹਦਾ ਪਤਾ ਹੀ ਨਹੀਂ ਰਿਹਾ, ਯਾਦ ਹੀ ਨਹੀਂ ਰਹੀ ਮੇਰੇ ਤਨ ਨੂੰ ਰੋਗ ਹੈ, ਤੇ ਠੀਕ ਹੁੰਦਾ ਚਲਾ ਗਿਆ। ਇਹਨੇ ਦੇਖਿਆ ਵੀ ਜਿਹੜਾ ਵੀ ਸਿੱਖ ਸੱਚੇ ਪਾਤਸ਼ਾਹ ਕੋਲ ਜਾਂਦਾ ਹੈ, ਬੇਨਤੀ ਕਰਦਾ ਸਿੱਖੀ ਦੀ ਵੀ ਮਹਾਰਾਜ ਕੁਛ ਨਹੀਂ ਚਾਹੀਦਾ, ਬਸ ਸਿੱਖੀ ਦਾ ਦਾਨ ਦੇ ਦਿਓ। ਆਪਾਂ ਵੀ ਰੋਜ਼ ਮੰਗਦੇ ਹਾਂ ਨਾ ਗੁਰਸਿੱਖਾਂ ਨੂੰ ਸਿੱਖੀ ਦਾਨ, ਮੰਗਦੇ ਹਾਂ ਪਰ ਧਾਰਨ ਨਹੀਂ ਕਰਦੇ, ਹੱਥ ਜੋੜ ਕੇ ਜ਼ਰੂਰ ਖੜਦੇ ਆ ਪਰ ਕੇਸ ਇੱਕ ਵੀ ਨਹੀਂ ਸਿਰ ਤੇ ਆਉਣ ਦਿੰਦੇ, ਸਿੱਖੀ ਮੰਗਦੇ ਹਾਂ ਪਰ ਸਿੱਖੀ ਦੇ ਨੇੜੇ ਵੀ ਨਹੀਂ ਜਾਂਦੇ, ਮੰਗਦੇ ਜ਼ਰੂਰ ਹਾਂ ਰੋਜ਼। ਇਹਨੇ ਦੇਖਿਆ ਵੀ ਜਿਹੜਾ ਵੀ ਜਾਂਦਾ ਕੁਛ ਨਹੀਂ ਮੰਗਦਾ ਗੁਰੂ ਤੋਂ, ਕੇਵਲ ਸਿੱਖੀ ਦੀ ਦਾਤ। ਇੱਕ ਦਿਨ ਇਹ ਵੀ ਖੜ ਗਿਆ,
ਦੋਵੇਂ ਹੱਥ ਜੋੜੇ ਨੇ, ਸਾਹਮਣੇ ਖੜਾ ਹੈ। ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਕਹਿੰਦੇ ਕੀ ਚਾਹੀਦਾ ਤੈਨੂੰ? ਕਹਿੰਦੇ ਜੀ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਦੇ ਦਿਓ, ਆਪਣੇ ਚਰਨਾਂ ਦਾ ਅੰਮ੍ਰਿਤ ਨਾਮ ਦੀ ਦਾਤ, ਇਹ ਮੇਰੇ ਤੇ ਕਿਰਪਾ ਕਰ ਦਿਓ। ਇਹ ਗੱਲ ਸੁਣ ਕੇ ਸੱਚੇ ਪਾਤਸ਼ਾਹ ਪੁੱਛਦੇ ਨੇ ਤੇਰਾ ਨਾਮ ਕੀ ਹੈ? ਕਹਿੰਦਾ ਜੀ ਨਾਮ ਤਾਂ ਮੇਰਾ ਮਹਿੰਗਾ ਹੈ ਭਾਈ, ਮਹਿੰਗਾ। ਕਹਿੰਦੇ ਤੇਰਾ ਨਾਮ ਮਹਿੰਗਾ ਤੇ ਸਾਡੀ ਸਿੱਖੀ ਵੀ ਬੜੀ ਮਹਿੰਗੀ ਹੈ, ਇਹਦੇ ਵਾਸਤੇ ਵੀ ਆਪਣਾ ਸਿਰ ਤਲੀ ਤੇ ਧਰਨਾ ਪੈਂਦਾ ਹੈ। ਆਪਾਂ ਕਹਿੰਦੇ ਹਾਂ ਦਸਵੇਂ ਪਾਤਸ਼ਾਹ ਨੇ ਇਹ ਗੱਲ ਕਹੀ, ਪਰ ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਜਿਹੜੇ ਸਿੱਖੀ ਦੇ ਬਾਨੀ ਨੇ ਇਹ ਬਚਨ ਤੇ ਉਹਨਾਂ ਨੇ ਕਿਹਾ ਸੀ, ਪਹਿਲੇ ਜਾਮੇ ਵਿੱਚ ਕਿਹਾ ਜਾਉ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹ ਬਚਨ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਹੈ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਹਿੰਗਿਆ, ਜੇ ਤੇਰਾ ਨਾਮ ਮਹਿੰਗਾ ਸਿੱਖੀ ਬੜੀ ਮਹਿੰਗੀ ਹੈ, ਇਹਨੂੰ ਧਾਰਨ ਕਰਨਾ ਪਹਿਲਾਂ ਆਪਣਾ ਸਿਰ ਤਲੀ ਤੇ ਟਿਕਾਉਣਾ ਪੈਂਦਾ ਹੈ ਤੇ ਗੁਰੂ ਦੇ ਬਚਨਾਂ ਤੇ ਫਿਰ ਪਹਿਰਾ ਦੇਣਾ ਪੈਂਦਾ ਹੈ। ਸਿੱਖੀ ਕਮਾਉਣ ਦਾ ਮਤਲਬ ਹੀ ਇਹ ਹੈ ਨਾ, ਜੋ ਗੁਰੂ ਕਹਿੰਦਾ ਹੈ ਉਹਦੇ ਤੇ ਆਪਣਾ ਜੀਵਨ ਨਿਸ਼ਾਵਰ ਕਰਦੇ। ਗੁਰ ਕਹਿਆ ਸਾਕਾਰ ਕਮਾਵੋ, ਜਿਹੜੀ ਗੱਲ ਗੁਰੂ ਨੇ ਕਹਿ ਦਿੱਤੀ ਉਹਦੇ ਤੇ ਆਪਣਾ ਜੀਵਨ ਨਿਸ਼ਾਵਰ ਕਰ ਦੇਣਾ, ਬਸ ਇਹੀ ਸਿੱਖੀ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਕਿਰਪਾ ਹੋ ਜਾਏ ਨਾ ਤੁਹਾਡੀ ਫਿਰ ਕਮਾਈ ਜਾ ਸਕਦੀ ਹੈ, ਸਿੱਖ ਆਪ ਤਾਂ ਨਹੀਂ ਕਮਾ ਸਕਦਾ। ਸੰਗਤ 'ਚ ਰਹਿੰਦਿਆਂ ਮੈਨੂੰ ਇੰਨੀ ਕੁ ਸੋਝੀ ਤੇ ਆ ਗਈ ਵੀ ਇਹ ਗੁਣ ਆਪਣੇ ਆਪ ਨਹੀਂ ਆਉਣਾ, ਜੇ ਕਿਰਪਾ ਤੁਸੀਂ ਕਰੋਗੇ ਨਾ ਫਿਰ ਜ਼ਰੂਰ ਕਮਾਈ ਜਾ ਸਕਦੀ ਹੈ। ਤੁਸੀਂ ਕਿਰਪਾ ਕਰਿਓ, ਮੈਨੂੰ ਸਿੱਖੀ ਕਮਾਉਣ ਦੀ ਜਾਚ ਆ ਜਾਏ, ਚੱਜ ਆ ਜਾਏ ਮੈਨੂੰ ਸਿੱਖੀ ਕਮਾਉਣ ਦਾ। ਮਹਾਰਾਜ ਦਿਆਲਤਾ ਦੇ ਘਰ ਵਿੱਚ ਆਏ, ਚਰਨਾਂ ਦਾ ਅਮਰ ਦਿੱਤਾ, ਨਾਮ ਦੀ ਦਾਤ ਦਿੱਤੀ, ਸੇਵਾ ਕਰਨ ਲੱਗ ਗਿਆ। ਹੁਣ ਸੇਵਾ ਵੀ ਕਰਦਾ ਤੇ ਨਾਲ ਨਾਲ ਨਾਮ ਜਪਦਾ। ਇੱਕ ਦਿਨ ਬੁਲਾ ਕੇ ਸੱਚੇ ਪਾਤਸ਼ਾਹ ਕਹਿੰਦੇ ਮਹਿੰਗਿਆ, ਜਿਹੜਾ ਰਾਤ ਨੂੰ ਪ੍ਰਸ਼ਾਦਾ ਪਾਣੀ ਵੱਧ ਜਾਂਦਾ ਨਾ, ਕਿਉਂਕਿ ਮਹਾਰਾਜ ਰੱਖਦੇ ਨਹੀਂ ਸੀ ਤੀਸਰੇ ਪਾਤਸ਼ਾਹ, ਜਿੰਨਾ ਵੀ ਰਾਸ਼ਨ ਵੱਧ ਜਾਂਦਾ ਸੀ ਉਹ ਸਤਲੁਜ ਦਰਿਆ ਵਿੱਚ ਜਾ ਕੇ ਜਲ ਪ੍ਰਵਾਹ ਕਰ ਦਿੰਦੇ ਸੀ। ਮਹਿੰਗਿਆ ਇਹ ਕੰਮ, ਇਹ ਡਿਊਟੀ ਤੂੰ ਕਰਿਆ ਕਰ, ਸਤ ਵਚਨ ਮਹਾਰਾਜ। ਸ਼ਾਮ ਦਾ ਲੰਗਰ ਵਰਤ ਜਾਂਦਾ 9:30 ਵਜੇ, ਜਦੋਂ ਸਾਰੀ ਸੰਗਤ ਛਕ ਲੈਂਦੀ ਹੈ ਜਿੰਨਾ ਪ੍ਰਸ਼ਾਦਾ ਔਰ ਦਾਲ ਵਧੀ ਹੁੰਦੀ ਹੈ। ਭਾਈ ਮਹਿੰਗਾ ਇੱਕ ਟੋਕਰੇ 'ਚ ਪ੍ਰਸ਼ਾਦੇ ਤੇ ਬਾਲਟੀ 'ਚ ਦਾਲ ਪਾ ਕੇ ਦਰਿਆ 'ਤੇ ਚਲਾ ਜਾਂਦਾ। ਉੱਥੇ ਜਾ ਕੇ ਆਵਾਜ਼ ਮਾਰਦਾ ਵੀ ਜੇ ਕਿਸੇ ਨੇ ਪ੍ਰਸ਼ਾਦਾ ਛਕਣਾ ਭਾਈ
ਕੋਈ ਨੇੜੇ ਤੇੜੇ ਸੁਣਦਾ ਹੈ, ਰਾਹੀ ਫਾਂਦੀ ਹੈ ਤਾਂ ਉਹ ਆ ਕੇ ਪ੍ਰਸ਼ਾਦਾ ਛਕ ਸਕਦਾ ਹੈ, ਨਹੀਂ ਤਾਂ ਮੈਂ ਜਲ ਪ੍ਰਵਾਹ ਕਰ ਦੇਣਾ। ਨਹੀਂ ਕੋਈ ਆਉਂਦਾ ਤੇ ਜਲ ਪ੍ਰਵਾਹ ਕਰ ਦਿੰਦਾ। ਸਮਾਂ ਲੰਘਿਆ, ਮਹਾਰਾਜ ਨੇ ਅੱਜ ਪਰਖਣਾ ਚਾਹਿਆ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਕਸਵੱਟੀ ਵੀ ਉਹ ਸਹੇਗਾ ਜਿਹੜਾ ਮੁਰਦਾ ਹੋ ਗਿਆ, ਮਨ ਕਰਕੇ ਹੰਗਤਾ ਮਮਤਾ ਮਰ ਗਈ ਨਾ, ਕਸਵੱਟੀ ਤੇ ਵੀ ਉਹੀ ਪਾਸ ਹੁੰਦਾ ਹੈ। ਜਿਹਦੇ ਅਜੇ ਰੰਚਕ ਮਾਤਰ ਵੀ ਮਾਣ ਹੈ ਨਾ ਅੰਦਰ, ਉਹ ਕਸਵੱਟੀ ਤੇ ਕਦੇ ਪਾਸ ਨਹੀਂ ਹੁੰਦਾ ਹੈ। ਸਿੱਖੀ ਮੁਰਦਾ ਬਣ ਕੇ ਕਮਾਈ ਜਾਂਦੀ ਹੈ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਬੜੀ ਔਖੀ ਘਾਟੀ ਹੈ ਇਹ, ਪਰ ਆਨੰਦ ਵੀ ਇਹਦੇ 'ਚ ਓਨਾ ਹੀ ਹੈ। ਜਿਹੜੀ ਚੀਜ਼ ਜਿੰਨੀ ਮਹਿੰਗੀ ਹੋਵੇ ਨਾ, ਉਹਦਾ ਆਨੰਦ ਵੀ ਓਨਾ ਹੀ ਹੁੰਦਾ ਹੈ। ਇਹਦੇ 'ਤੇ ਤਾਂ ਹੀ ਵਿਰਲੇ ਵਿਰਲੇ ਆਉਂਦੇ ਆ ਨਾ, ਆਹ ਦੂਜੀਆਂ ਦੁਕਾਨਾਂ 'ਤੇ ਭੀੜ ਦੇਖ ਲਿਆ ਕਰੋ ਕਿੰਨੀ ਹੁੰਦੀ ਹੈ। ਇੱਥੇ ਆਵਾਜ਼ਾਂ ਮਾਰ ਮਾਰ ਕੇ ਬੁਲਾਇਆ ਜਾਂਦਾ ਤਾਂ ਵੀ ਥੋੜ੍ਹੇ ਜਿਹੇ, ਕਿਉਂਕਿ ਹੀਰੇ ਮੋਤੀਆਂ ਲਾਲ ਰਤਨ ਜਵਾਹਰ ਜਿਹੜੇ ਮਾਣਕ ਹੁੰਦੇ ਹਨ, ਉਹਨਾਂ ਦੀਆਂ ਦੁਕਾਨਾਂ 'ਤੇ ਕਦੇ ਕਦੇ ਕੋਈ ਗਾਹਕ ਆਉਂਦਾ ਹੈ, ਦੂਜੀਆਂ ਦੁਕਾਨਾਂ 'ਤੇ ਭੀੜ ਲੱਗੀ ਹਰ ਵੇਲੇ ਰਹਿੰਦੀ ਹੈ। ਇਹ ਔਖਾ ਮਾਰਗ ਹੈ ਪਰ ਉਹਨਾਂ ਸਖਾਲਾ ਵੀ ਹੈ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ ਹੈ, ਬੜੀ ਕਰੜੀ ਹੈ ਪਰ ਹੈ ਸੁੱਖਾਂ ਸਾਰਿਆਂ ਦੀ ਦਾਤੀ ਹੈ। ਕੋਈ ਇਹੋ ਜਿਹੀ ਅਦੇਹ ਵਸਤੂ ਨਹੀਂ ਜਿਹੜੀ ਪਰਮਾਤਮਾ ਆਪਣੇ ਸੇਵਕ ਨੂੰ ਨਹੀਂ ਦਿੰਦਾ ਹੈ, ਬਸ ਸੇਵਕ ਹੀ ਬਣਨਾ ਔਖਾ ਹੈ, ਕਮਾਉਣੀ ਹੀ ਔਖੀ ਹੈ। ਹੁਣ ਰੋਜ਼ ਜਾਂਦਾ, ਅੱਜ ਮਹਾਰਾਜ ਨੇ ਦੇਖਿਆ ਕੌਤਕ ਸੱਚੇ ਪਾਤਸ਼ਾਹ ਦਈਏ, ਚਾਰ ਬੰਦੇ ਤੁਰੇ ਆਉਂਦੇ ਆ ਸਤਲੁਜ ਦਰਿਆ ਦੇ ਕਿਨਾਰੇ ਕਿਨਾਰੇ, ਦੇਖਿਆ ਦੂਰੋਂ ਵੀ ਕੋਈ ਰਾਹੀ ਫਾਂਦੀ ਲੱਗਦੇ ਹੈ, ਉੱਚੀ ਸਾਰੀ ਆਵਾਜ਼ ਮਾਰੀ ਮੈਂ ਜਲ ਪ੍ਰਵਾਹ ਕਰਨ ਲੱਗਿਆ, ਜੇ ਪ੍ਰਸ਼ਾਦਾ ਛਕਣਾ ਹੈ ਤੇ ਆ ਕੇ ਛਕ ਲਓ। ਆ ਗਏ ਕੋਲ, ਬੜੇ ਪ੍ਰੇਮ ਨਾਲ ਇਹਨਾਂ ਨੂੰ ਪ੍ਰਸ਼ਾਦਾ ਛਕਾਇਆ ਭਾਈ ਮਹਿੰਗਾ ਜੀ ਨੇ, ਪਰ ਇਹਨਾਂ ਦੇ ਅੰਦਰ ਕੁਛ ਹੋਰ ਵਰਤ ਰਿਹਾ ਹੈ। ਇਹ ਚੋਰੀ ਕਰਨ ਆਏ ਸੱਚੇ ਪਾਤਸ਼ਾਹ ਦੇ ਦਰਬਾਰ। ਹੁਣ ਇਹਨਾਂ ਨੇ ਦੇਖਿਆ ਵੀ ਜੇ ਭਾਈ ਮਹਿੰਗਾ ਵਾਪਸ ਚਲਾ ਗਿਆ ਫਿਰ ਇਹਨੇ ਸਾਨੂੰ ਪਛਾਣ ਲੈਣਾ ਹੈ, ਇਸ ਕਰਕੇ ਆਪਾਂ ਦੋ ਜਣੇ ਕਹਿਣ ਲੱਗੇ ਵੀ ਫਿਰ ਆਪਾਂ ਕੀ ਕਰੀਏ, ਕਹਿੰਦੇ ਇਹਨੂੰ ਮਾਰ ਦਿੰਦੇ ਹਾਂ, ਨਾ ਇਹ ਉੱਥੇ ਜਾਏਗਾ ਨਾ ਪਛਾਣੇਗਾ। ਪਰ ਦੋ ਕਹਿੰਦੇ ਨਹੀਂ ਮਾਰੋ, ਨਾ ਇਹਨੂੰ ਦੱਬ ਦਿਓ ਮਿੱਟੀ 'ਚ ਗਲ ਤੱਕ, ਜੇ ਬਚ ਗਿਆ ਠੀਕ ਹੈ ਆਪਾਂ ਚੋਰੀ ਕਰਕੇ ਸਵੇਰੇ ਲੰਘ ਹੀ ਜਾਣਾ, ਮਿੱਟੀ ਤੱਕ ਮਿੱਟੀ 'ਚ ਦੱਬ ਦਿੱਤਾ ਗਲ ਤੱਕ ਭਾਈ ਮਹਿੰਗੇ ਨੂੰ। ਆ ਗਏ ਪਰ ਸਾਰੀ ਰਾਤ ਸਿੰਘ ਪਹਿਰੇ ਤੇ ਜਾਗਦੇ ਨੇ, ਸਿਮਰਨ ਕਰਦੇ, ਇਹਨਾਂ ਦਾ ਦਾਅ ਨਹੀਂ ਲੱਗਿਆ ਚੋਰੀ ਦਾ। ਅੰਮ੍ਰਿਤ ਵੇਲੇ ਹੋਇਆ ਆਸਾ ਦੀ ਵਾਰ ਦਾ ਕੀਰਤਨ ਦਾ ਆਰੰਭਤਾ ਹੋਈ, ਇਹ ਵੀ ਬੜੇ ਬੈਠੇ ਆ ਪ੍ਰੇਮ ਨਾਲ ਸੰਗਤ 'ਚ। ਭੋਗ ਤੋਂ ਬਾਅਦ ਮਹਾਰਾਜ ਕਹਿੰਦੇ ਭਾਈ ਮਹਿੰਗਾ ਨਹੀਂ ਦਿਖਦਾ, ਅੱਜ ਸੰਗਤ ਵਿੱਚ ਨਹੀਂ ਆਇਆ, ਜਾਣਦੇ ਸਾਰਾ ਕੁਛ ਨੇ, ਅੰਤਰ ਜਾਮੀ ਨੇ, ਗੁਰੂ ਤੋਂ ਕੋਈ ਗੱਲ ਛਿਪੀ ਨਹੀਂ, ਅੰਤਰ ਜਾਮੀ ਪੁਰਖ ਬੇਦਹਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ
ਇਹ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਜਾਣਦੇ ਨੇ ਪਰ ਸੰਗਤ ਤੋਂ ਅਖਵਾਉਣਾ ਚਾਹੁੰਦੇ। ਕਹਿੰਦੇ ਮਹਾਰਾਜ ਰਾਤ ਦਾ ਦੇਖੇ ਹੀ ਨਹੀਂ ਭਾਈ ਮਹਿੰਗਾ ਜੀ, ਪ੍ਰਸ਼ਾਦਾ ਲੈ ਕੇ ਗਿਆ ਸੀ ਮੁੜ ਆਇਆ ਹੀ ਨਹੀਂ। ਹੁਣ ਮਹਾਰਾਜ ਨੰਗੇ ਚਰਨ ਉੱਧਰ ਗਏ ਜਿੱਥੇ ਪ੍ਰਸ਼ਾਦੇ ਦਾ ਜਲ ਪ੍ਰਵਾਹ ਕਰਦਾ ਹੈ। ਇਹ ਚੋਰ ਵੀ ਨਾਲ ਨੇ, ਉੱਥੇ ਜਾ ਕੇ ਦੇਖਿਆ ਮਿੱਟੀ ਚ ਦੱਬਿਆ ਹੋਇਆ ਹੈ, ਬੇਹੋਸ਼ ਹੈ, ਮਿੱਟੀ ਚੋਂ ਕੱਢਿਆ, ਹੋਸ਼ ਵਿੱਚ ਲਿਆਂਦਾ ਤੇ ਹੋਸ਼ ਵਿੱਚ ਆ ਕੇ ਉਹਨੇ ਦੇਖਿਆ ਵੀ ਜਿਹੜੇ ਦੱਬ ਕੇ ਗਏ ਸੀ ਇਹ ਤਾਂ ਨਾਲ ਹੀ ਫਿਰਦੇ ਆ ਮਹਾਰਾਜ ਦੇ। ਮਹਾਰਾਜ ਕਹਿੰਦੇ ਮਹਿੰਗਿਆ ਕੀ ਭਾਣਾ ਵਰਤਿਆ। ਹੁਣ ਗੁਰੂ ਜਾਣਦਾ ਉਹਨਾਂ ਚੋਰਾਂ ਨੂੰ, ਕਹਿੰਦਾ ਮਹਾਰਾਜ ਜਿਵੇਂ ਤੁਸੀਂ ਵਰਤਾਇਆ ਉਹੀ ਭਾਣਾ ਵਰਤਿਆ ਜਿਵੇਂ ਤੁਹਾਨੂੰ ਭਾਉਂਦਾ ਸੀ, ਕਿਉਂਕਿ ਜੇ ਤੁਸੀਂ ਨਾ ਕਰਦੇ ਕੌਣ ਹੈ ਮੈਨੂੰ ਇੱਥੇ ਮਿੱਟੀ ਚ ਦੱਬਣ ਵਾਲਾ। ਤੁਹਾਡਾ ਪਤਾ ਨਹੀਂ ਕੀ ਕੌਤਕ ਹੈ ਮਹਾਰਾਜ, ਮੈਨੂੰ ਨਹੀਂ ਸਮਝ, ਮੈਂ ਅਣਜਾਣ ਹਾਂ, ਮੇਰੀ ਇੰਨੀ ਮਤ ਨਹੀਂ ਹੈ ਕਿ ਮੈਂ ਤੁਹਾਡੇ ਕੌਤਕ ਨੂੰ ਸਮਝ ਸਕਾਂ। ਜਿਹੜੇ ਚੋਰ ਸੀ ਨਾ ਸਾਹਮਣੇ ਆ ਗਏ ਡਰਦੇ। ਮਹਾਰਾਜ ਇਹ ਗਲਤੀ ਸਾਡੇ ਤੋਂ ਹੋਈ ਹੈ, ਕਿਰਪਾ ਕਰੋ ਸਾਨੂੰ ਬਖਸ਼ ਦਿਓ। ਤੇ ਮਹਾਰਾਜ ਕਹਿੰਦੇ ਮੈਂ ਕੌਣ ਆ ਬਖਸ਼ਣ ਵਾਲਾ, ਜਿਹਦੇ ਨਾਲ ਤੁਸੀਂ ਇਹ ਕਰਮ ਕੀਤਾ ਬਈ ਬਖਸ਼ ਤਾਂ ਉਹੀ ਸਕਦਾ ਹੈ। ਇਹਨੂੰ ਪੁੱਛ ਲੈਂਦੇ ਆ ਕੀ ਸਜ਼ਾ ਦੇਣੀ ਹੈ। ਹੁਣ ਭਾਈ ਮਹਿੰਗੇ ਨੂੰ ਪੁੱਛਦੇ ਨੇ ਸੱਚੇ ਪਾਤਸ਼ਾਹ, ਜਨਾਉਣਗੇ ਵੀ ਸੇਵਾ ਚ ਬਰਕਤ ਕੀ ਹੁੰਦੀ ਹੈ, ਸੇਵਾ ਮਨ ਕਿੱਥੇ ਲੈ ਜਾਂਦੀ ਹੈ, ਇਹ ਚੀਜ਼ ਜਨਾਉਣਗੇ। ਪੁੱਛਦੇ ਨੇ ਮਹਾਰਾਜ ਭਾਈ ਮਹਿੰਗਿਆ ਇਹ ਤੇਰੇ ਗੁਨਾਹਗਾਰ ਨੇ, ਕੀ ਸਜ਼ਾ ਦੇਣੀ ਇਹਨਾਂ ਨੂੰ, ਜਿਹੜੀ ਕਹੇਗਾ ਉਹੀ ਸਜ਼ਾ ਦੇ ਦਿਆਂਗੇ। ਕਹਿੰਦਾ ਮਹਾਰਾਜ ਤੁਸੀਂ ਆਪ ਸਮਰੱਥ ਹੋ, ਮੇਰੇ ਤੋਂ ਕੀ ਪੁੱਛਦੇ ਹੋ, ਜਿਹੜੀ ਸਜ਼ਾ ਦੇਣੀ ਹੈ ਦੇ ਦਿਓ। ਕਹਿੰਦੇ ਨਹੀਂ ਅਸੀਂ ਨਹੀਂ ਸਜ਼ਾ ਦੇਣੀ, ਇਹ ਤੇਰੇ ਗੁਨਾਹਗਾਰ ਨੇ, ਸਜ਼ਾ ਤਾਂ ਤੂੰ ਹੀ ਦੇਣੀ ਹੈ, ਜਿਹੜੀ ਕਹੇਗਾ ਉਹੀ ਮਿਲ ਜਾਏਗੀ ਇਹਨਾਂ ਨੂੰ ਸਜ਼ਾ। ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੇ ਮੇਰੇ ਕਹੇ ਤੇ ਸਜ਼ਾ ਦੇਣੀ ਹੈ ਨਾ, ਫਿਰ ਇਹਨਾਂ ਤੇ ਇੰਨੀ ਕਿਰਪਾ ਕਰ ਦਿਓ ਇਹਨਾਂ ਨੂੰ ਆਪਣੇ ਸਿੱਖ ਬਣਾ ਲਓ, ਇਹਨਾਂ ਨੂੰ ਜਮਦੂਤਾਂ ਦੀ ਸਜ਼ਾ ਨਾ ਸਹਿਣੀ ਪਏ, ਤੁਹਾਡੇ ਚਰਨਾਂ ਵਿੱਚ ਆ ਗਏ। ਕਿਉਂਕਿ ਅੰਦਰੋਂ ਤਾਤ ਪਰਾਈ ਵਿਸਰ ਗਈ ਨਾ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਇ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਿਆ। ਅੰਦਰ ਵੈਰ ਵਿਰੋਧ ਤਾਂ ਰਿਹਾ ਹੀ ਨਹੀਂ ਹੈ, ਸਮਦ੍ਰਿਸ਼ਟੀ ਹੋ ਗਈ, ਸਾਰਿਆਂ ਦੇ ਵਿੱਚ ਗੁਰੂ ਦਾ ਰੂਪ ਦਿਖਣ ਲੱਗ ਗਿਆ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰਹੇ, ਸਾਰਿਆਂ ਦੇ ਵਿੱਚ ਇੱਕ ਬੇਨਤੀ ਕੀਤੀ ਮਹਾਰਾਜ ਸਜ਼ਾ ਦਿਓ ਜ਼ਰੂਰ, ਪਰ ਇਹੋ ਜਿਹੀ ਸਜ਼ਾ ਦਿਓ ਮੁੜ ਕੇ ਜਮਦੂਤਾਂ ਦੀ ਸਜ਼ਾ ਨਾ ਸਹਿਣੀ ਪਏ, ਕਿਰਪਾ ਕਰਕੇ ਇਹਨੂੰ ਆਪਣਾ ਸਿੱਖ ਬਣਾ ਲਓ। ਇਹ ਸੇਵਾ ਦੀ ਤਾਕਤ ਹੈ, ਨਾਮ ਦੀ ਤਾਕਤ ਹੈ, ਜਿਹੜਾ ਸੱਚੇ ਪਾਤਸ਼ਾਹ ਨੇ ਸਾਨੂੰ ਦੋ ਸਾਧਨ ਸੰਸਾਰ ਭਵਜਲ ਨੂੰ ਤਰਨ ਵਾਸਤੇ ਇਹ ਦੋ ਪਹਿਲੂ ਨੇ ਸਿੱਖੀ ਦੇ। ਗੁਰੂ ਵਾਲਾ ਬਣ ਕੇ ਜਿੰਨੀ ਜਿੰਨੀ ਸੇਵਾ ਕਰਦਾ ਹੈ, ਸਿਮਰਨ ਕਰਦਾ, ਉਹਨਾਂ ਮਨ ਨਿਰਮਲ ਹੋ ਜਾਂਦਾ ਹੈ। ਜਿਹੜੇ ਰੱਬ ਨੂੰ ਵਾਜਾਂ ਮਾਰਦਾ ਹੈ
ਫਿਰ ਰੱਬ ਇਹਨੂੰ ਵਾਜਾ ਮਾਰਦਾ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਪਹਿਲਾਂ ਭਗਤ ਵਾਜਾ ਮਾਰਦਾ, ਫਿਰ ਰੱਬ ਭਗਤ ਨੂੰ ਵਾਜਾ ਮਾਰਦਾ ਜਿੱਦਣ ਮਨ ਨਿਰਮਲ ਹੋ ਜਾਂਦਾ। ਤੇ ਹੁਣ ਇਹ ਸਿਮਰਨ ਨਾਲ ਹੈ, ਸੰਗਤ ਨਾਲ ਹੈ, ਤੇ ਨਾਮ ਜਪ ਕੇ ਗੁਰੂ ਵਾਲੇ ਬਣ ਕੇ। ਇਹ ਦੀਵਾਨਾਂ ਦਾ ਮੁੱਖ ਕਾਰਨ ਇਹੀ ਹੈ। ਪੰਜ ਦੀਵਾਨ ਗੁਰੂ ਦੀਆਂ ਸੰਗਤਾਂ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਹਾਂਪੁਰਸ਼ਾਂ ਤੋਂ ਪੰਜ ਦੀਵਾਨਾਂ ਦੀ ਬਖਸ਼ਿਸ਼ ਹੋਈ। ਅੱਜ ਦੂਸਰਾ ਦੀਵਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮਨਾਮਾ ਸਾਹਿਬ ਤੋਂ ਬਾਅਦ ਸਮਾਪਤ ਹੋ ਜਾਣਾ ਹੈ। ਤਿੰਨ ਦੀਵਾਨ ਬਾਕੀ ਰਹਿੰਦੇ ਨੇ। ਸੰਗਤਾਂ ਨੂੰ ਪਤਾ ਡਬਲ ਦੀਵਾਨ ਚੱਲ ਰਹੇ ਆ ਦਿਨ ਦੇ। ਪੂਰਨਮਾਸ਼ੀ ਨੂੰ ਦੀਵਾਨ ਹੁੰਦਾ ਹੈ ਸਥਾਨ ਤੇ, ਉਦਣ ਇੱਕ ਮਹੀਨੇ ਦਾ ਪੂਰਾ ਪ੍ਰੋਗਰਾਮ ਦੱਸਿਆ ਜਾਂਦਾ ਹੈ, ਭਾਵੇਂ ਨੈੱਟ ਤੇ ਵੀ ਪਾਇਆ ਜਾਂਦਾ ਪ੍ਰੋਗਰਾਮ ਇੱਕ ਮਹੀਨੇ ਦੇ। ਤੇ ਫਰਵਰੀ ਦੇ ਤਾਂ ਤਕਰੀਬਨ ਦਿਨ ਦੇ ਵੀ ਡਬਲ ਨੇ ਤੇ ਰਾਤ ਨੂੰ ਵੀ ਡਬਲ ਦੀਵਾਨ ਨੇ, ਪੂਰਾ ਮਹੀਨਾ ਹੀ। 30 ਦਿਨਾਂ ਦੇ ਵਿੱਚ ਘੱਟੋ ਘੱਟ 90 ਦੀਵਾਨ ਤੋਂ ਵੀ ਜ਼ਿਆਦਾ ਹੁੰਦੇ ਹੈ ਜਿਹੜੇ ਦਿਨ ਦੇ ਹੁੰਦੇ ਨੇ, ਰਾਤ ਨੂੰ ਵੀ। ਫਿਰ ਭੋਗ ਤੇ ਵੀ ਕਿਤੇ ਨਾ ਕਿਤੇ ਕੀਰਤਨ ਹੁੰਦਾ ਹੈ, ਜਿੱਥੇ ਅਖੰਡ ਪਾਠ ਸਾਹਿਬ ਰੱਖਿਆ ਹੁੰਦਾ ਮਹਾਂਪੁਰਸ਼ ਉੱਥੇ ਵੀ ਜਾਂਦੇ ਹੈ। ਸਵੇਰੇ ਡਿਊਟੀ 3 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਰਾਤ ਦੇ 11:30 ਵਜੇ ਤੱਕ। ਤੇ ਜੇ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ, ਇਹ ਤਾਂ ਵਿਹਲੇ ਨੇ, ਇਹਨਾਂ ਨੂੰ ਕਿਹੜਾ ਕੋਈ ਕੰਮ ਹੈ। ਮਾੜਾ ਜਿਹਾ 4 ਕੁ ਦਿਨ ਰਹਿ ਕੇ ਦੇਖਿਓ, ਫਿਰ ਲੱਗ ਜਾਏਗਾ ਪਤਾ ਵੀ ਵਿਹਲੇ ਤੁਸੀਂ ਹੋ ਕਿ ਮਹਾਂਪੁਰਸ਼ ਵਿਹਲੇ ਨੇ, ਜਿਹੜੇ ਹਰ ਟਾਈਮ ਹੀ ਲੱਕ ਬੰਨ ਕੇ ਗੁਰੂ ਦੀਆਂ ਸੰਗਤਾਂ ਵਾਸਤੇ। ਉਹਨਾਂ ਨੇ ਕਿਹੜਾ ਬੱਚੇ ਵਿਆਹਣੇ ਆ, ਸਿਰਫ ਗੁਰੂ ਦੀਆਂ ਸੰਗਤਾਂ ਵਾਸਤੇ ਭੱਜੇ ਫਿਰਦੇ ਆ, ਗੁਰੂ ਦੀਆਂ ਸੰਗਤਾਂ ਵਾਸਤੇ ਬਣਾਉਂਦੇ ਆ ਸਾਰਾ ਕੁਛ। ਆਪਣੇ ਨਾਮ ਇੱਕ ਮਰਲਾ ਵੀ ਨਹੀਂ ਹੈ, ਨਾ ਕੋਈ ਕੋਠੀ ਤੇ ਨਾ ਕੋਈ ਜ਼ਮੀਨ ਜਾਇਦਾਦ। ਕਿਸੇ ਨੇ ਪੁੱਛਿਆ, ਕੋਈ ਅਫਸਰ ਆ ਗਿਆ ਉੱਥੇ ਅਸੀਂ ਸੇਵਾ ਕਰਦੇ ਸੀ, ਮਹਾਂਪੁਰਸ਼ਾਂ ਨੂੰ ਪੁੱਛਦਾ, ਜੀ ਇਹਨਾਂ ਦੇ ਨਾਮ ਜਾਇਦਾਦ ਕਿੰਨੀ ਹੈ? ਕਹਿੰਦੇ ਇਹਨਾਂ ਦੇ ਨਾਮ ਤਾਂ ਬੜੀ ਵੱਡੀ ਜਾਇਦਾਦ ਹੈ। ਕਹਿੰਦਾ ਮਹਾਰਾਜ ਕਿੰਨੀ ਕੁ ਜਾਇਦਾਦ ਹੈ? ਕਹਿੰਦੇ ਕਸ਼ਹਿਰਾ ਤੇ ਪਰਨਾ, ਜਿੱਦਣ ਆਉਂਦੇ ਨੇ ਉਦਣ ਵੀ ਕਸ਼ਹਿਰਾ ਪਰਨਾ ਦਿੰਦੇ ਆ, ਜਦੋਂ ਜਾਣ ਲੱਗਦੇ ਨੇ ਉਦੋਂ ਵੀ ਸਿਰਫ ਕਸ਼ਹਿਰਾ ਪਰਨਾ ਤੇ ਇੱਕ ਚੋਲਾ ਦੇ ਕੇ ਤੋਰ ਦਿੰਦੇ ਆ, ਬਸ ਇੰਨੀ ਕੁ ਜਾਇਦਾਦ ਹੈ ਇਹਨਾਂ ਦੀ, ਹੋਰ ਕੋਈ ਜਾਇਦਾਦ ਨਹੀਂ ਹੈ। ਬਾਕੀ ਗੁਰੂ ਦੀਆਂ ਸੰਗਤਾਂ ਨੇ ਦਿੱਤਾ ਹੈ ਤੇ ਗੁਰੂ ਦੀਆਂ ਸੰਗਤਾਂ ਦਾ ਹੈ, ਇੱਥੇ ਮੱਲ ਕਿਸੇ ਦੀ ਨਹੀਂ ਹੈ। ਕਿਸੇ ਨੇ ਇੱਟ ਨਹੀਂ ਲਾਈ ਵੀ ਮੈਂ ਨਾਲ ਧਰ ਕੇ, ਜਾਂ ਫਿਰ ਦੱਸ ਦਿਓ ਕੋਈ ਵੀ ਇੰਨੇ ਸੀ ਉਹਦੇ ਕੋਲੋਂ ਨਾਲ ਲੈ ਕੇ ਤੁਰ ਗਿਆ, ਇੱਥੇ ਹੀ ਛੱਡ ਜਾਣਾ ਸਾਰਾ ਕੁਛ। ਇਸ ਕਰਕੇ ਆਹ ਚੀਜ਼ ਨਾਲ ਜਾਣੀ ਹੈ, ਏਕ ਘੜੀ ਆਦੀ ਘਰੀ ਆਦੀ ਹੁਣ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ, ਬਸ ਆਹੀ ਲਾਭ ਪ੍ਰਾਪਤ ਹੋਣਾ। ਸੋ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਆਪਣੀ ਗੋਦ ਵਿੱਚ ਬਿਠਾ ਕੇ ਆਪਾਂ ਨੂੰ ਇਹੋ ਜਿਹਾ ਸੁਭਾਗ ਸਮਾਂ ਬਖਸ਼ਿਆ। ਗੁਰੂ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। 3 ਦੀਵਾਨ ਬਾਕੀ ਰਹਿੰਦੇ ਹੈ, ਸਮੇਂ ਸਿਰ ਹਾਜ਼ਰੀ ਭਰ ਕੇ ਸੇਵਾ ਕਰਕੇ, ਸਿਮਰਨ ਕਰਕੇ, ਸੰਗਤ ਕਰਕੇ ਤੇ ਗੁਰੂ ਵਾਲੇ ਬਣ ਕੇ। ਜਿਹੜੇ ਅਜੇ ਅੰਮ੍ਰਿਤਧਾਰੀ ਨਹੀਂ, ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਇੱਥੇ ਪ੍ਰਬੰਧਕਾਂ ਕੋਲ ਨਾਮ ਲਿਖਾ ਦਿਓ। ਅਖੀਰਲੇ ਦੀਵਾਨ ਤੇ ਅੰਮ੍ਰਿਤ ਛਕਾਇਆ ਜਾਂਦਾ ਹੈ, ਜਿੰਨੀ ਵੀ ਕੋਈ ਸੰਗਤ ਹੋ ਜਾਏਗੀ ਫਿਰ ਅੰਮ੍ਰਿਤ ਤਿਆਰ ਹੋਏਗਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ,
ਹਰ ਸਿਮਰਤ ਅਨੰਤ ਅਨੰਤਾ। ਇਹਨੂੰ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਣਾ। ਸੋ ਆਓ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਫਿਰ ਅਰਦਾਸ ਵਿੱਚ ਜੁੜਨਾ ਹੈ, ਫਿਰ ਸੱਚੇ ਪਾਤਸ਼ਾਹ ਦਾ ਪਾਵਣ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕਰਨਾ ਹੈ, ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਿਜ ਆਸਣ ਨੂੰ ਜਾਣਗੇ। ਸਤਿਗੁਰੂ ਮਹਾਰਾਜ ਨੂੰ ਵਿਦਾਇਗੀ ਦੇਣ ਤੋਂ ਬਾਅਦ, ਜਿਨ੍ਹਾਂ ਨੇ ਗੁਰੂ ਕਾ ਲੰਗਰ ਛਕਿਆ ਚੰਗੀ ਗੱਲ ਹੈ, ਅਤੇ ਜਿਨ੍ਹਾਂ ਨੇ ਨਹੀਂ ਛਕਿਆ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਗੁਰੂ ਕਾ ਲੰਗਰ ਗੁਰੂ ਦੀਆਂ ਸੰਗਤਾਂ ਵਾਸਤੇ ਤਿਆਰ ਕੀਤਾ ਗਿਆ ਹੈ। ਗੁਰੂ ਕਾ ਲੰਗਰ ਛਕ ਕੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਆਪਣੇ ਘਰਾਂ ਨੂੰ ਚਾਲੇ ਪਾਉਣੇ। ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ Thank you.
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸੋ ਠਾਕਰ ਸਤਿ ਸ੍ਰੀ ਅਕਾਲ।